ਵਾਹਿਗੁਰੂ ਜੀਓ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਕਹੁ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸ਼ਰਮਾ ਪਰਮ ਸਨਮਾਨ ਯੋਗ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਾਰਿਆਂ ਨੂੰ ਹੀ ਮਹਾਰਾਜ ਨੇ ਆਪਣੀ ਮੁਬਾਰਕ ਸੰਗਤ ਸੋਭਤ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਸਰਬੱਤ ਸੰਗਤ ਨੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਨੇ। ਸੋ ਆਓ ਕੁਝ ਸਮੇਂ ਲਈ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਮਨ ਬਿਰਤੀਆਂ ਇਕਾਗਰ ਕਰੀਏ। ਸਭ ਤੋਂ ਪਹਿਲਾਂ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਬਾਰਕ ਫਤਿਹ ਆਪਾਂ ਸਾਰੇ ਹੀ ਬੁਲੰਦ ਆਵਾਜ਼ ਵਿੱਚ ਸਾਂਝੀ ਕਰਦੇ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਧਨਾਸਰੀ ਦੇ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬਾਨ ਜੀ ਪਾਸੋਂ ਸਰਵਣ ਕੀਤਾ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਾਤ ਕਤ ਮੋਹਿ ਰਖਵਾਲੇ
ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹ ਨ ਸਾਕੈ ਜਾਲੇ। ਨਿਰ ਧਨ ਕਉ ਧਨ ਅੰਧਲੇ ਕਉ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮਹਿ ਬੋਹਿਤ ਪਾਇਓ ਹਰ, ਨਾਨਕ ਕਰੀ ਕਿਰਪਾ ਕਿਰਪਾਲੇ। ਤਿੰਨ ਬਚਨ ਮਹਾਰਾਜ ਨੇ ਰਹਾਉ ਦੇ ਬੰਦ ਵਿੱਚ ਕਹੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਜੀ ਨਾਲ ਗੁਰੂ ਦਾ ਉਪਦੇਸ਼ ਵਸ ਜਾਂਦਾ ਹੈ, ਪਾਣੀ ਉਹਨਾਂ ਨੂੰ ਡੋਬ ਨਹੀਂ ਸਕਦਾ। ਚੋਰ ਉਹਨਾਂ ਦੀ ਸੰਪਤੀ ਚੋਰੀ ਨਹੀਂ ਕਰ ਸਕਦਾ ਅਤੇ ਅੱਗ ਉਹਨਾਂ ਨੂੰ ਸਾੜ ਨਹੀਂ ਸਕਦੀ। ਜਿੱਥੋਂ ਤੱਕ ਧਰਮ ਹੈ ਦੇਹੀ ਦਾ, ਸਰੀਰ ਦਾ, ਸਰੀਰ ਸੜੇਗਾ ਵੀ, ਸਰੀਰ ਨੂੰ ਪਾਣੀ ਵਿੱਚ ਸੁੱਟਿਆ ਜਾਏ ਤਾਂ ਡੁੱਬੇਗਾ ਵੀ। ਪਾਣੀ ਨੇ ਆਪਣਾ ਨਿਯਮ ਪੂਰਾ ਕਰਨਾ ਹੈ ਅਤੇ ਸਰੀਰ ਦਾ ਆਪਣਾ ਧਰਮ ਹੈ, ਜਿਸ ਨੇ ਜਿਹੜਾ ਸਰੀਰ ਜਨਮਿਆ ਉਸਨੇ ਮਰਨਾ ਹੈ। ਬਹੁਤ ਵੱਡੇ ਵੱਡੇ ਧਰਮ ਵੇਤਾ ਜਿਉਂਦੇ ਜੀ ਸਾੜ ਦਿੱਤੇ ਗਏ ਸਮੇਂ ਦੇ ਜ਼ਾਲਮ ਹੁਕਮਰਾਨਾਂ ਵੱਲੋਂ, ਉਹਨਾਂ ਨੂੰ ਤਸੀਹਾ ਹੀ ਦਿੱਤਾ ਗਿਆ। ਆਪਾਂ ਭਾਈ ਸਤੀਦਾਸ ਜੀ ਦਾ ਜੀਵਨ ਪੜ੍ਹਦੇ ਹਾਂ, ਭਾਈ ਦਿਆਲਾ ਜੀ ਦਾ ਜੀਵਨ ਪੜ੍ਹਦੇ ਹਾਂ, ਰੂਹ ਵਿੱਚ ਲਪੇਟ ਕੇ ਭਾਈ ਸਤੀਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਜਿੰਦਾ ਜਲਾ ਕੇ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦਿੱਤਾ ਗਿਆ ਜੀਵਤ ਹੀ। ਹੋਰ ਬਹੁਤ ਇਤਿਹਾਸ ਵਿੱਚ ਐਸੇ ਪਹਿਲੂ ਨੇ। ਧੰਨ ਗੁਰੂ ਅਰਜਨ ਸਾਹਿਬ ਦਾ ਹੀ ਜੀਵਨ ਪੜ੍ਹੋ। ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ, ਤੱਤੀ ਤਵੀ ਉੱਤੇ ਬਿਰਾਜ ਕੇ, ਸੀਸ ਵਿੱਚ ਗਰਮ ਰੇਤਾ ਪਵਾ ਕੇ, ਉੱਬਲਦੀ ਦੇਗ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਅੱਗ ਨੇ ਆਪਣਾ ਨੇਮ ਪੂਰਾ ਨਿਭਾਇਆ, ਤੱਤੇ ਪਾਣੀ ਨੇ ਆਪਣਾ ਨੇਮ ਪੂਰਾ ਕੀਤਾ, ਸਰੀਰ ਦਾ ਆਪਣਾ ਨੇਮ ਹੈ। ਸਰੀਰ ਨੇ ਬਿਰਸਣਾ ਸੀ, ਸਰੀਰ ਦਾ ਠੀਕਰਾ ਭੱਜਣਾ ਸੀ, ਉਹ ਭੱਜ ਗਿਆ। ਇਹ ਮੈਂ ਉਦਾਹਰਣਾਂ ਇਸ ਕਰਕੇ ਸਾਂਝੀਆਂ ਕੀਤੀਆਂ ਨੇ ਵੀ ਕੇਵਲ ਅੱਖਰੀ ਅਰਥਾਂ ਤੱਕ ਸੀਮਤ ਰਹਿ ਕੇ ਅਸੀਂ ਬਾਣੀ ਦੇ ਸੁਨੇਹੇ ਤੋਂ ਭਟਕ ਨਾ ਜਾਈਏ, ਉਹਦਾ ਭਾਵ ਅਰਥ ਵੀ ਸਾਨੂੰ ਸਮਝਣਾ ਪਏਗਾ। ਉਹ ਕਿਹੜਾ ਪਾਣੀ ਹੈ ਜਿਹੜਾ ਡੋਬ ਨਹੀਂ ਸਕਦਾ, ਕਿਉਂਕਿ ਗੱਲ ਜੀ ਦੀ ਹੋ ਰਹੀ ਹੈ, ਸਰੀਰ ਦੀ ਤਾਂ ਹੋਈ ਨਹੀਂ ਰਹੀ। ਗੁਰ ਕਾ ਬਚਨ ਵਸੈ ਜੀ ਨਾਲੇ, ਜੀ ਦੀ ਜਿੰਦ ਵਿੱਚ, ਜਿਸ ਦੇ ਹਿਰਦੇ ਵਿੱਚ, ਜਿਸ ਦੀ ਆਤਮਾ ਅਤੇ ਵਜੂਦ ਵਿੱਚ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਭਾਵ ਗੁਰੂ ਦੀ ਸਿੱਖਿਆ ਦਾ ਪੱਲਾ ਜਿਹੜਾ ਫੜ ਲੈਂਦਾ ਹੈ, ਗੁਰੂ ਦੀ ਦਸੀ ਜੀਵਨ ਜੁਗਤੀ ਅਪਣਾ ਲੈਂਦਾ ਹੈ, ਉਹ ਕਿਹੜਾ ਜਲ ਹੈ? ਜਿਸ ਜਲ ਦੀ ਭਿਅੰਕਰ ਡੂੰਘਾਈ ਨੂੰ ਵੇਖ ਕੇ ਭਗਤ ਨਾਮਦੇਵ ਸਾਹਿਬ ਨੇ ਮੁੱਖ ਤੋਂ ਇਹ ਅਰਦਾਸ ਨਿਕਲੀ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ। ਉਹਨਾਂ ਸਾਰੇ ਜਗਤ ਨੂੰ ਸਮੁੰਦਰ ਆਖਿਆ। ਇਸ ਜਗਤ ਸਮੁੰਦਰ ਦੇ ਵਿੱਚ ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸ਼ਵਾ, ਲੋਭ ਦੀਆਂ ਲਹਿਰਾਂ ਉੱਠਦੀਆਂ ਨੇ। ਇਹ ਦੇਹੀ, ਇਹ ਜੀਵਨ, ਇੱਥੇ ਕਾਇਆ ਦਾ ਅਰਥ ਜੀਵਨ ਹੈ, ਜੀਵਨ ਇਹਨਾਂ ਲੋਭ ਦੀਆਂ ਲਹਿਰਾਂ ਦੇ ਪ੍ਰਭਾਵ ਵਿੱਚ ਆ ਕੇ ਇਹ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ। ਉਦਾਹਰਣ ਦਿੰਦਾ ਕਿ ਲੋਭ ਤੋਂ ਇਹਨਾਂ ਇੰਨੀ ਘਬਰਾਹਟ ਮਹਿਸੂਸ ਕਰਦੇ ਆ, ਅਰਦਾਸ ਕਿਉਂ ਕੀਤੀ ਜਾਂਦੀ ਹੈ? ਕੋਈ ਵਿਅਕਤੀ ਬਚਪਨ ਤੋਂ, ਉਹਨਾਂ ਨੇ ਉਸ ਪਰਿਵਾਰ ਨੇ ਉਸ ਬੱਚੇ ਨੂੰ ਗੋਦ ਲੈ ਲਿਆ ਅਤੇ ਪਾਲ ਲਿਆ,
ਪਰ ਜਵਾਨੀ ਦੀ ਉਮਰ ਤੱਕ ਉਹ ਪਰਿਵਾਰ ਦਾ ਹੀ ਇੱਕ ਹਿੱਸਾ ਬਣ ਗਿਆ। ਜਿੰਨੇ ਘਰ ਦੇ ਭੇਤ ਸਨ, ਚਾਬੀਆਂ ਸਨ, ਜਿੰਨੀ ਦੌਲਤ, ਮਾਲੋ ਅਸਬਾਬ, ਜੋ ਜਿੱਥੇ ਰੱਖਿਆ ਸਾਰਾ ਉਹਨੂੰ ਭੇਤ ਸੀ। ਕੋਈ ਐਸੀ ਸਲਾਹ ਨਹੀਂ ਸੀ ਜਿਹੜੀ ਉਹਦੇ ਤੋਂ ਓਹਲੇ ਕੀਤੀ ਜਾਂਦੀ। ਉਸ ਤੋਂ ਸਾਰੇ ਘਰ ਦੇ ਕੰਮ ਲੈ ਜਾਂਦੇ। ਪਰ ਇੱਕ ਦਿਨ ਉਹਦੇ ਮਨ 'ਚ ਲਾਲਚ ਆਇਆ ਵੀ ਇਹ ਮੇਰੇ ਕਿਹੜੇ ਅਸਲੀ ਮਾਂ ਪਿਓ ਨੇ, ਇਹ ਮੇਰਾ ਕਿਹੜਾ ਅਸਲੀ ਟੱਬਰ ਹੈ, ਇਹਨਾਂ ਦੇ ਹੋਰ ਵੀ ਬੱਚੇ ਨੇ, ਮੈਨੂੰ ਇਹਨਾਂ ਨੇ ਕੀ ਦੇਣਾ, ਹੋਵੇ ਨਾ ਤਾਂ ਮੈਂ ਹੱਥ ਸਾਫ ਕਰਾਂ ਅਤੇ ਇੱਥੋਂ ਨਿਕਲਦਾ ਬਣਾ। ਉਹਨੇ ਸਾਰਾ ਕੁਝ ਇਕੱਠਾ ਕੀਤਾ। ਇਹਨੇ ਨੂੰ ਘਰ ਦਾ ਇੱਕ ਮੈਂਬਰ ਉੱਠ ਕੇ ਉਹਨੂੰ ਜਦੋਂ ਸ਼ੋਰ ਸੁਣਿਆ ਤਾਂ ਉਹਨੇ ਵੇਖਿਆ ਵੀ ਗੱਲ ਕੀ ਹੈ। ਉਹਨੇ ਵੇਖਿਆ ਵੀ ਇਹ ਤਾਂ ਸਾਰਾ ਕੁਝ ਬੰਨ੍ਹੀ ਬੈਠਾ, ਕਿਧਰੇ ਲੈ ਕੇ ਨਿਕਲਣ ਵਾਲਾ ਹੈ। ਉਹਨੇ ਆਖਿਆ ਇਹ ਕੀ ਕਰਨ ਲੱਗਾ, ਹੁਣ ਚੋਰ ਨੂੰ ਆਪਣਾ ਖਤਰਾ। ਉਹਨੇ ਹੱਥ ਵਾਲੀ ਭਾਰੀ ਚੀਜ਼ ਉਹਦੇ ਸਿਰ 'ਚ ਮਾਰੀ ਅਤੇ ਉਹਨੂੰ ਥਾਂ 'ਤੇ ਹੀ ਮਾਰ ਦਿੱਤਾ ਕਿ ਰੌਲਾ ਨਾ ਪਾਵੇ, ਘਰੋਂ ਨਿਕਲ ਗਿਆ। ਐਸੀਆਂ ਦੁਰਘਟਨਾਵਾਂ ਦੁਨੀਆਂ 'ਚ ਕਿਤੇ ਨਾ ਕਿਤੇ ਵਾਪਰਦੀਆਂ ਹੀ ਨੇ। ਕੋਈ ਭਰਾ ਇਸ ਕਰਕੇ ਕਹਿ ਰਿਹਾ ਵੀ ਮੇਰੇ ਦੂਜੇ ਭਰਾ ਨੇ ਮੇਰੇ ਨਾਲ ਧੋਖਾ ਕੀਤਾ, ਕੋਈ ਦੋਸਤ ਮਿੱਤਰ ਕਹਿ ਰਿਹਾ ਵੀ ਮੇਰੇ ਕੋਲੋਂ ਇਹਨੇ ਇੰਨਾ ਕੁਝ ਲਿਆ ਅਤੇ ਵਾਪਸ ਹੀ ਨਹੀਂ ਕੀਤਾ, ਦੋਸਤੀ ਇੰਨੇ ਸਾਲ ਦੀ ਦੋਸਤੀ ਤੋੜ ਗਿਆ, ਹੁਣ ਬੁਲਾਉਣਾ ਹੀ ਹਟ ਗਿਆ। ਕੋਈ ਕਿਸੇ ਦੀ ਫਰਮਾਇਸ਼ ਲਈ ਬੈਠਾ, ਆਓ ਉਹਨੂੰ ਕਹੀਏ ਮੇਰਾ ਹਿੱਸਾ ਦੇ ਦੇਵੇ। ਕੋਈ ਕਿਸੇ ਨੂੰ ਕਹਿ ਰਿਹਾ ਆਓ ਉਹਨੂੰ ਜਾ ਕੇ ਕਿਤੇ ਮਾੜਾ ਮੋਟਾ ਸਮਝਾਓ, ਤੁਹਾਡੇ ਸਮਝਾਉਣ ਨਾਲ ਸ਼ਾਇਦ ਉਹਦਾ ਮਨ ਬਦਲ ਜਾਏ, ਉਹਨੂੰ ਮੇਰੇ ਨਾਲ ਇਵੇਂ ਧੱਕਾ ਨਹੀਂ ਕਰਨਾ ਚਾਹੀਦਾ। ਇਹ ਦੁਨੀਆ 'ਚ ਆਮ ਵਾਪਰ। ਜੜ ਕੀ ਹੈ? ਲੋਭ। ਉਸ ਵਿਅਕਤੀ ਦੇ ਮਨ ਵਿੱਚ ਲੋਭ ਆਇਆ। 25-30 ਸਾਲ ਦੀ ਵਫਾਦਾਰੀ, 25-30 ਸਾਲ ਦਾ ਪਿਆਰ, ਅਗਲੇ ਦੇ ਕੀਤੇ ਪਰਉਪਕਾਰ, ਅਗਲੇ ਦੇ ਕੀਤੇ ਗੁਣ, ਸਾਰਾ ਕੁਝ ਹੀ ਭੁਲਾ ਕੇ ਰੱਖ ਦਿੱਤਾ। ਗੁਰੂ ਅਰਜਨ ਸਾਹਿਬ ਦੇ ਵਾਕ ਪੜ੍ਹੋ, ਕਹਿੰਦੇ ਜਦੋਂ ਲੋਭ ਦਾ ਹਲਕ ਹੁੰਦਾ ਨਾ ਬੰਦੇ ਨੂੰ, ਉਹਦਾ ਕੋਈ ਧਰਮ ਨਹੀਂ ਹੁੰਦਾ, ਕੋਈ ਦੀਨ ਨਹੀਂ ਹੁੰਦਾ, ਕੋਈ ਮਾਂ ਨਹੀਂ ਹੁੰਦੀ, ਕੋਈ ਪਿਓ ਨਹੀਂ ਹੁੰਦਾ, ਕੋਈ ਭਰਾ, ਕੋਈ ਰਿਸ਼ਤੇਦਾਰ, ਕੋਈ ਇਸ਼ਟ ਨਹੀਂ ਹੁੰਦਾ। ਹੇ ਲੋਭਾ ਲੰਪਟ ਸੰਗ ਸਿਰ ਮੋਰਹ, ਅਨਕ ਲਹਿਰੀ ਕਲੋਲ ਤੇ, ਧਾਵੰਤ ਜੀਆ ਬਹੁ ਪ੍ਰਕਾਰੰ, ਅਨਕ ਭਾਂਤ ਬਹੁ ਡੋਲ ਤੇ, ਨੱਚ ਮਿੱਤਰੰ, ਨੱਚ ਇਸ਼ਟੰ, ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ। ਕਹਿੰਦੇ ਉਹਨੂੰ ਸ਼ਰਮ ਵੀ ਕੋਈ ਨਹੀਂ ਹੁੰਦੀ। ਲੋਭ ਹੈ ਤਾਂ ਸ਼ਰਮ ਕਾਹਦੀ? ਕੁੱਤਾ ਕਿਸੇ ਦੀ ਰੋਟੀ ਚੁੱਕਣ ਲੱਗਿਆ ਸ਼ਰਮ ਕਰਦਾ? ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ਼ ਜਾਏ, ਲੋਭੀ ਜੰਤ ਨਾ ਜਾਣੀ ਭਖ, ਅਭਖ ਸਭ ਖਾਏ। ਉਹਦੇ ਲਈ ਚੰਗੇ ਮਾੜੇ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਸਰ ਅਪਸਰ ਕੀ ਸਾਰ ਨਾ ਜਾਣਾ, ਚੰਗੇ ਮਾੜੇ ਦੀ ਉਹ ਕੋਈ ਕਦਰ ਨਹੀਂ ਸਮਝਦਾ, ਕੋਈ ਫਰਕ ਨਹੀਂ ਸਮਝਦਾ, ਨਾ ਫਰਕ ਰੱਖਦਾ ਹੀ ਆ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਲੋਭੀ ਜੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਉਹਨੂੰ ਜਿੱਥੋਂ ਵੀ ਉਹਦੇ ਲੋਭ ਦੀ ਪੂਰਤੀ ਹੁੰਦੀ ਹੈ ਨਾ, ਉੱਧਰ ਨੂੰ ਦੌੜਦਾ। ਇਸ ਵਾਸਤੇ ਸਾਹਿਬ ਸਤਿਗੁਰੂ ਮਹਾਰਾਜ ਨੇ ਕਿਹਾ ਉਹਦਾ ਕੋਈ ਮਾਂ ਬਾਪ ਭਰਾ ਮਿੱਤਰ ਕੋਈ ਨਹੀਂ। ਨੱਚ ਬਾਂਧਵ, ਨੱਚ ਮਾਤ ਪਿਤਾ ਤਵ ਲੱਜਿਆ, ਨਾ ਉਹਨੂੰ ਕਿਸੇ ਦੀ ਸ਼ਰਮ ਹੈ। ਅਕਰਣੰ ਕਰੋਤ, ਨਾ ਕਰਨ ਵਾਲਾ ਕੰਮ ਵੀ ਉਹ ਕਰ ਜਾਂਦਾ ਹੈ। ਅਖਾਧਿਅੰ ਖਾਧਿਅੰ, ਨਾ ਖਾਣ ਯੋਗ ਚੀਜ਼, ਨਾ ਗ੍ਰਹਿਣ ਕਰਨ ਯੋਗ ਚੀਜ਼ ਨੂੰ ਉਹ ਗ੍ਰਹਿਣ ਕਰ ਲੈਂਦਾ। ਅਸਾਜਿਅੰ ਸਾਜ ਸਮਝਿਆ, ਉਹ ਵਿਹਾਰ ਕਰਦਾ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ।
ਮਹਾਰਾਜ ਨੇ ਏਡਾ ਵੱਡਾ ਖਤਰਾ ਦੱਸਿਆ ਇਸ ਚੀਜ਼ ਨੂੰ। ਜਦੋਂ ਭਗਤ ਜੀ ਨੇ ਸੰਸਾਰ ਵੱਲ ਨਿਗਾਹ ਮਾਰੀ ਨਾ, ਭਗਤ ਦੀ ਦ੍ਰਿਸ਼ਟੀ ਵੱਖਰੀ ਹੁੰਦੀ ਹੈ। ਅਸੀਂ ਦੁੱਖ ਦੀ ਜੜ੍ਹ ਕਿਤੇ ਹੋਰ ਲੱਭਦੇ ਹਾਂ, ਉਹ ਦੁੱਖ ਦੀ ਜੜ੍ਹ ਸਾਡੇ ਅੰਦਰੋਂ ਲੱਭ ਲੈਂਦੇ ਹਾਂ, ਉਹ ਕਹਿੰਦੇ ਨਹੀਂ ਦੁੱਖ ਦੀ ਜੜ੍ਹ ਕਿਤੇ ਹੋਰ ਲੱਗੀ ਹੈ, ਤਕਲੀਫ ਦੀ ਜੜ੍ਹ ਕਿਤੇ ਹੋਰ ਹੈ, ਭਟਕਣਾ ਦੀ ਜੜ੍ਹ ਕਿਤੇ ਹੋਰ ਹੈ, ਤੇਰੇ ਅੰਦਰ ਅਸਹਿਜ ਹੈ ਅਤੇ ਉਹਦੀ ਜੜ੍ਹ ਕਿਸੇ ਹੋਰ ਜਗ੍ਹਾ ਦੇ ਉੱਤੇ ਲੱਗੀ ਹੋਈ ਹੈ, ਤੈਨੂੰ ਉਹਨੂੰ ਆਪਣੇ ਅੰਦਰੋਂ ਪਛਾਣਨ ਦੀ ਲੋੜ ਹੈ। ਦੁੱਖ ਬਾਹਰ ਨਹੀਂ ਹਨ, ਦੁੱਖ ਤੇਰੇ ਅੰਦਰ ਨੇ ਅਤੇ ਉਹਨਾਂ ਦਾ ਕਾਰਨ ਵੀ ਤੈਨੂੰ ਆਪਣੇ ਅੰਦਰੋਂ ਖੋਜ ਕੇ ਹੀ ਲੱਭਣਾ ਪਏ। ਬਾਣੀ ਸਾਰੀ ਹੀ ਸਵੈ ਖੋਜ ਹੈ, ਆਪਣੇ ਆਪ ਵੱਲ ਧਿਆਨ ਦਿਵਾਉਂਦੀ ਵੀ ਆਪਣੇ ਅੰਦਰ ਉੱਤਰ। ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭਰਮ ਕੀ ਕਾਈ। ਜੇ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੁੱਲਾਂ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੋਂ ਬਾਂਗ ਦੇ ਦਿਲ ਹੀ ਪੀਤਰ ਜੋਏ, ਉਹ ਉਹਦੀ ਬਾਂਗ 'ਤੇ ਕਟਾਕਸ਼ ਨਹੀਂ ਕਰ ਰਿਹਾ, ਉਹਨੂੰ ਕਹਿ ਰਹੇ ਨੇ ਵੀ ਦਿਲ 'ਚ ਵੀ ਤਾਂ ਖੋਜ ਨਾ। ਠੀਕ ਹੈ, ਤੇਰਾ ਵਿਹਾਰ ਹੈ, ਤੁਹਾਡਾ ਇੱਕ ਮਜ਼ਹਬੀ ਅਸੂਲ ਹੈ ਵੀ ਜਦੋਂ ਨਮਾਜ਼ ਹੋਣੀ ਨਮਾਜ਼ ਤੋਂ ਪਹਿਲਾਂ ਤੁਸੀਂ ਅਜ਼ਾਨ ਦੇਣੀ, ਉਹਨੂੰ ਆਪਾਂ ਪੰਜਾਬੀ ਵਾਲੇ ਬਾਂਗ ਦੇਣਾ ਕਹਿ ਲੈਂਦੇ ਨੇ, ਮੁੱਲਾਂ ਦੀ ਬਾਂਗ। ਵੈਸੇ ਨਾ ਉਹਦਾ ਅਜ਼ਾਨ ਹੈ, ਸੱਦਾ ਦੇ, ਅਜ਼ਾਨ ਦਾ ਮਤਲਬ ਸੱਦਾ ਦੇਣਾ ਵੀ ਨਮਾਜ਼ ਦਾ ਵਕਤ ਹੋ ਗਿਆ, ਨਮਾਜ਼ੀਓ ਸਾਵਧਾਨ ਹੋ ਜਾਓ, ਉਹਦਾ ਇੰਨਾ ਹੀ ਕਰਮ ਹੁੰਦਾ ਹੈ। ਨਮਾਜ਼ ਤਾਂ ਇਹਦੇ ਸ਼ੁਰੂ ਹੋਣੀ, ਨਮਾਜ਼ ਤੋਂ ਪਹਿਲਾਂ ਅਜ਼ਾਨ ਹੁੰਦੀ ਹੈ, ਜਿਵੇਂ ਆਪਾਂ ਅਨਾਊਂਸ ਕਰਦੇ ਹਾਂ ਕੋਈ ਚੀਜ਼। ਪਰ ਜਦੋਂ ਅੱਲਾਹੁ ਅਕਬਰ ਕਹਿੰਦਾ ਨਾ ਆਪਣੀ ਰਸਨਾ ਤੋਂ ਮੁਨਾਰੇ ਦੇ ਉੱਤੇ ਚੜ੍ਹ ਕੇ ਕਹਿੰਦਾ, ਕਬੀਰ ਜੀ ਮਹਾਰਾਜ ਕਹਿੰਦੇ ਨੇ ਸੱਚੀ ਤੂੰ ਅੱਲਾਹ ਨੂੰ ਵੱਡਾ ਮੰਨਦਾ, ਦਿਲ 'ਚ ਝਾਤ ਮਾਰ ਕੇ ਦੱਸ ਮੰਨਦਾ ਅੱਲਾਹ ਵੱਡਾ ਹੈ, ਵੱਡਾ ਤੇ ਆ ਤਵੀਜ਼ ਕਰ ਕਰਕੇ ਮਸੀਹ 'ਚ ਕਾਹਨੂੰ ਦੇਣਾ। ਜਦੋਂ ਤੇਰੇ ਕੋਲ ਕੋਈ ਆਉਂਦਾ ਜੀ ਮੇਰਾ, ਤੂੰ ਮਸਲੇ ਹੱਲ ਕਰਨ ਵਾਲਾ ਫਿਰ ਕੌਣ ਹੈ? ਜੇ ਉਹ ਵੱਡਾ ਹੈ ਤਾਂ ਉਹਦੇ ਹੁੰਦਿਆਂ ਤੂੰ ਉਹਦਾ ਸ਼ਰੀਕ ਕਿਉਂ ਬਣਦਾ? ਮੁੱਲਾਂ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋ, ਜਾਂ ਕਾਰਨ ਤੂੰ ਬਾਂਗ ਦੇ। ਅਤੇ ਸਾਡੇ 'ਤੇ ਵੀ ਇਹ ਅਸੂਲ ਉਸ ਤਰ੍ਹਾਂ ਹੀ ਲਾਗੂ ਹੁੰਦਾ ਵੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਅੰਦਰ ਨੂੰ ਖੋਜ, ਅੰਦਰ ਨੂੰ ਪੜਤਾਲ। ਅਤੇ ਮੈਂ ਆਖਾਂ ਮੈਂ ਬਾਣੀ ਦਾ ਸਿੱਖ ਹਾਂ ਅਤੇ ਲੱਭਾਂ ਮੈਂ ਬਾਹਰ ਸਾਰਾ ਕੁਝ, ਅਸੀਂ ਬਾਹਰ ਹੀ ਲੱਭਦੇ, ਅਸੀਂ ਮੁਨਾਰੇ ਨਹੀਂ ਚੜ੍ਹੇ, ਛੱਡੇ ਥਾਂ 'ਤੇ ਕੋਈ ਨਹੀਂ ਨਾ ਛੱਡੀ, ਇੱਕ ਮੁਨਾਰੇ 'ਤੇ ਨਹੀਂ ਚੜ੍ਹੇ ਅਸੀਂ, ਮੁੱਲਾਂ ਵਾਂਗ ਅਜਾਨ ਨਹੀਂ ਦਿੱਤੀ, ਦਸਤਕ ਹਰ ਥਾਂ ਦਿੱਤੀ ਹੈ, ਪਹੁੰਚੇ ਹਰ ਥਾਂ ਹਾਂ, ਗਏ ਹਰ ਥਾਂ ਹਾਂ, ਕੋਈ ਥਾਂ ਨਹੀਂ ਛੱਡੀ। ਕੀ ਲੱਭ ਰਹੇ ਹਾਂ? ਸੁੱਖ, ਸ਼ਾਂਤੀ, ਤਰੱਕੀ, ਇਹ ਚੀਜ਼ਾਂ ਲੱਭ ਰਹੇ ਹਾਂ। ਜਿਸ ਸਤਿਗੁਰੂ ਮਹਾਰਾਜ ਨੂੰ ਅਸੀਂ ਮੰਨਣ ਵਾਲੇ ਹਾਂ, ਉਹ ਮਹਾਰਾਜ ਦੀ ਬਾਣੀ 'ਤੇ ਕਹਿੰਦੀ ਹੈ ਵੀ ਅੰਦਰ ਪੜਤਾਲ, ਜਿੱਥੇ ਰੋਗ ਹੈ ਉਹਦਾ ਕਾਰਨ ਵੀ ਉੱਥੇ, ਅਤੇ ਕਾਰਨ ਦੂਰ ਕਰ ਲਿਆ ਅਤੇ ਇਲਾਜ ਆਪੇ ਹੀ ਹੋ ਜਾਣਾ। ਔਖਦ ਤੇਰੋ ਨਾਮ ਦਿਆਲ, ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ। ਮੈਂ ਤੇਰੀ ਕਦਰ ਨਹੀਂ ਕੀਤੀ, ਦਵਾਈ ਤਾਂ ਤੂੰ ਦੇ ਰਿਹਾ ਸੀ, ਦਵਾਈ ਦੀ ਦੱਸ ਤਾਂ ਤੂੰ ਪਾ ਦਿੱਤੀ। ਹੁਣ ਭਗਤ ਜੀ ਮਹਾਰਾਜ ਨੇ ਇਸ਼ਾਰਾ ਕੀਤਾ, ਕਹਿੰਦੇ ਤੁਹਾਨੂੰ ਸੰਸਾਰ ਕਿਵੇਂ ਦਾ ਦੀਦਾ? ਮੈਨੂੰ ਤਾਂ ਸਮੁੰਦਰ ਵਰਗਾ ਦੀਦਾ, ਹਰ ਪਲ ਇਹਦੇ 'ਚ ਜਵਾਰ ਭਾਟੇ ਉੱਠਦੇ ਨੇ, ਲਹਿਰਾਂ ਉੱਠਦੀਆਂ ਨੇ, ਔਰ ਇੱਕ ਲਹਿਰ ਉਹਨਾਂ 'ਚੋਂ ਬੜੀ ਹੀ ਘਾਤਕ ਹੈ, ਉਹ ਹੈ ਲੋਭ ਦੀ। ਲੋਭ ਅੰਦਰ ਵੱਸ ਜਾਏ ਅਤੇ ਬੰਦਾ ਸਾਰੇ ਰਿਸ਼ਤੇ ਭੁੱਲ ਜਾਂਦਾ ਹੈ, ਇਸ਼ਟ ਭੁੱਲ ਜਾਂਦਾ ਹੈ, ਦੀਨ ਅਤੇ ਧਰਮ, ਗੁਰੂ ਪੈਗੰਬਰ ਹਰ ਇੱਕ ਨੂੰ ਭੁੱਲ ਜਾਂਦਾ, ਲੋਭ ਦਾ ਉਛਾਲ ਅੰਦਰ ਆ ਜਾਏ, ਲੋਭ ਦਾ ਉਛਾਲ ਅੰਦਰ ਆ ਜਾਏ। ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ,
ਕੇਸ਼ਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ। ਇਹ ਉਹ ਪਾਣੀ ਹੈ ਜਿਹਦੇ ਵਿੱਚ ਜੀ ਨੂੰ, ਆਤਮਾ ਨੂੰ, ਹਿਰਦੇ ਨੂੰ, ਮਨ ਨੂੰ, ਵਜੂਦ ਨੂੰ ਗੁਰੂ ਦਾ ਸ਼ਬਦ ਡੁੱਬਣ ਨਹੀਂ ਦਿੰਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੇ। ਦੂਜਾ ਪਹਿਲੂ ਕੀ ਹੈ? ਤਸਕਰ ਨਹੀਂ ਲੈਵੇ। ਤਸਕਰ ਨਾਉਂ ਹੈ ਚੋਰ ਦਾ। ਚੋਰ ਚੋਰੀ ਨਹੀਂ ਕਰ ਸਕਦਾ, ਚੋਰ ਚੋਰੀ ਨਹੀਂ ਕਰ ਸਕਦਾ। ਜਿਹੜੇ ਬਾਹਰ ਦੇ ਚੋਰ ਨੇ, ਮੰਦੀ ਆਦਤ ਵਾਲੇ ਚੋਰ, ਉਹ ਤਾਂ ਕਿਤੇ ਵੀ ਚੋਰੀ ਕਰ ਲੈਣ, ਉਹਨਾਂ ਲਈ ਮੰਦਰ, ਮਸੀਤ, ਗਿਰਜਾ, ਮੱਠ, ਗੁਰਦੁਆਰਾ, ਕਲੱਬ, ਸਟੋਰ ਸਭ ਇੱਕੋ ਹੀ ਚੀਜ਼ਾਂ ਨੇ। ਉਹਨਾਂ ਤਾਂ ਚੀਜ਼ ਚੁੱਕਣੀ ਹੈ ਜੀ, ਜਿੱਥੋਂ ਲੱਭ ਗਈ ਉੱਥੋਂ ਹੀ ਚੁੱਕ ਲੈਣੀ। ਇਹ ਵੇਖ ਕੇ ਥੋੜ੍ਹਾ ਚੁੱਕਣੀ ਵੀ ਇਹ ਧਰਮ ਸਥਾਨ ਹੈ ਕਿ ਨਹੀਂ ਹੈ, ਇਹ ਭਲੇ ਬੰਦੇ ਦੀ ਚੀਜ਼ ਹੈ ਕਿ ਬੁਰੇ ਬੰਦੇ ਦੀ, ਅਮੀਰ ਦੀ ਹੈ ਕਿ ਗਰੀਬ ਦੀ। ਤੁਸੀਂ ਉਹਦੇ ਗੋਚਰੀ ਛੱਡ ਗਏ, ਉਹਨੂੰ ਮੌਕਾ ਮਿਲਿਆ ਤਾਂ ਉਹ ਚੁੱਕ ਲਏਗਾ। ਆਪਾਂ ਵੇਹਨੇ ਧਰਮ ਸਥਾਨਾਂ 'ਤੇ ਖਬਰਾਂ ਆਉਂਦੀਆਂ। ਇੱਥੇ ਉਸ ਚੋਰ ਦੀ ਗੱਲ ਨਹੀਂ, ਇੱਥੇ ਕਿਹੜੇ ਚੋਰ ਦੀ ਗੱਲ ਹੈ? ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ। ਉਹ ਚੀਜ਼ 'ਤੇ ਲੱਭੇ ਨਾ ਅਤੇ ਰੌਲਾ ਪਾ ਲੈਂਦਾ ਬੰਦਾ ਵੀ ਕਿੱਥੇ ਗਈ, ਮਗਰੋਂ ਪਤਾ ਲੱਗਦਾ ਆਪਣੇ ਪੱਧਰ 'ਤੇ ਜਦੋਂ ਪੜਤਾਲ ਕਰਦਾ ਵੀ ਚੁੱਕ ਕੇ ਲੈ ਗਿਆ, ਕੋਈ ਹੈ ਨਹੀਂ। ਇਹਦਾ ਤਾਂ ਪਤਾ ਵੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ। ਕਾਮ ਆਇਆ ਜੀਵਨ 'ਚ ਤਾਂ ਕੀ ਲੈ ਗਿਆ? ਤੁਹਾਡਾ ਸੱਤ, ਜਾਤ, ਕਰੈਕਟਰ। ਕ੍ਰੋਧ ਆਇਆ ਤਾਂ ਕੀ ਲੈ ਗਿਆ? ਨਿਮਰਤਾ, ਧੀਰਜ। ਲੋਭ ਆਇਆ ਤਾਂ ਕੀ ਲੈ ਗਿਆ? ਸੰਤੋਖ, ਸਬਰ। ਮੋਹ ਆਇਆ ਤਾਂ ਕੀ ਲੈ ਗਿਆ? ਪ੍ਰੇਮ, ਅਪਣੱਤ ਅਤੇ ਬਰਾਬਰਤਾ। ਹੰਕਾਰ ਆਇਆ ਤਾਂ ਕੀ ਲੈ ਗਿਆ? ਨਿਰਮਾਣਤਾ। ਇਹ ਅੰਮ੍ਰਿਤ ਸਨ, ਇਹ ਜਿਹੜੇ ਗੁਣ ਨੇ ਇਹ ਅੰਮ੍ਰਿਤ ਨੇ। ਇਹ ਪੰਜ ਚੋਰ ਜਦੋਂ ਆਉਂਦੇ ਨੇ ਤਾਂ ਸਭ ਇਹਨਾਂ ਨੂੰ ਹੀ ਲੁੱਟਦੇ ਨੇ, ਇਹਨਾਂ ਦੀ ਜਗ੍ਹਾ ਘੇਰ ਲੈਂਦੇ ਨੇ। ਇਹ ਦੌਲਤ ਸਾਡੇ ਅੰਦਰੋਂ ਮੁੱਕ ਜਾਂਦੀ ਹੈ ਜਦੋਂ ਇਹ ਦੌਲਤ ਨਹੀਂ ਰਹਿੰਦੀ, ਜਦੋਂ ਇਹ ਅੰਮ੍ਰਿਤ ਨਹੀਂ ਰਹਿੰਦਾ ਤਾਂ ਉਹਦੀ ਥਾਂ 'ਤੇ ਜ਼ਹਿਰ ਭਾਰੂ ਹੋ ਜਾਂਦਾ। ਫਿਰ ਹਜ਼ੂਰ ਸਾਡੇ ਵੱਲ ਜਦੋਂ ਤੱਕਦੇ ਨੇ ਤਾਂ ਕਹਿੰਦੇ ਨੇ ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਜਾ ਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਗੁਰੂ ਪਾਤਸ਼ਾਹ, ਆਪਾਂ ਬੜੀ ਵਾਰ ਇਹ ਸਾਖੀਆਂ ਕੌਮਨ ਨੇ, ਇਸ ਕਰਕੇ ਉਦਾਹਰਣ ਵਿੱਚ ਇਹੀ ਲੈਂਦੇ ਹਾਂ। ਸੱਜਣ ਕੋਲ ਗਏ, ਕੋਈ ਜਾਦੂ ਥੋੜ੍ਹਾ ਕੀਤਾ, ਕੋਈ ਧਾਗਾ ਥੋੜ੍ਹੀ ਬੰਨਿਆ, ਕੋਈ ਪਾਣੀ ਮੰਤਰ ਕੇ ਦਿੱਤਾ, ਕੋਈ ਮਾਲਾ ਦਿੱਤੀ, ਇੰਨੇ ਦਿਨ ਫੇਰੀ, 21 ਦਿਨ ਫੇਰੀ, 31 ਦਿਨ, ਇੰਨੇ ਪਾਠ ਕਰੀ, ਮੈਂ ਤੈਨੂੰ ਸ਼ਬਦ ਦੇ ਜਾਂਦਾ, ਕੁਝ ਇਸ ਤਰ੍ਹਾਂ ਦਾ ਕੀਤਾ? ਨਹੀਂ। ਕਿਸਾਨ ਦਾ ਇੱਕ ਅੰਦਾਜ਼ਾ ਹੁੰਦਾ ਹੈ ਵੀ ਇੰਨਾ ਬੀਜ ਜ਼ਮੀਨ ਦੇ ਵਿੱਚ ਪੈਂਦਾ, ਦਾਣੇ ਗਿਣ ਕੇ ਨਹੀਂ ਸੁੱਟਦਾ, ਉਹ ਅੰਦਾਜ਼ੇ ਨਾਲ ਸੁੱਟਦਾ। ਜ਼ਮੀਨ ਦਾ ਵੱਤਰ ਵੇਖੇਗਾ, ਰੁੱਤ ਵੇਖੇਗਾ, ਮਿਹਨਤ ਕਰਕੇ ਜ਼ਮੀਨ ਤਿਆਰ ਕਰੇਗਾ ਅਤੇ ਅੰਦਾਜ਼ੇ ਨਾਲ ਛੱਟਾ ਦਏਗਾ। ਮਹਾਰਾਜ ਨੇ ਸ਼ਬਦ ਨੂੰ ਬੀਜ ਕਿਹਾ, ਹਿਰਦੇ ਨੂੰ ਧਰਤੀ ਕਿਹਾ, ਪਰ ਅਸੀਂ ਸ਼ਬਦ ਦਾ ਬੀਜ ਗਿਣ ਗਿਣ ਕੇ ਪਾਉਂਦੇ ਹਾਂ। 21 ਪਾ ਲਓ, 31 ਪਾ ਲਓ, 51 ਪਾ ਲਓ, ਕੋਤਰੀਆਂ ਦੇ 101 ਪਾ ਲਓ, ਸਾਡੀ ਇਹ ਹਾਲਤ।
ਬੀਜ ਗਿਣ ਗਿਣ ਕੇ ਸੁੱਟਦੇ, ਨਹੀਂ ਅਣ ਗਿਣਤ ਸੁੱਟ ਅਤੇ ਸੁੱਟੀ ਤੁਰਿਆ ਚੱਲ, ਗਿਣਦਾ ਕਿਉਂ ਹੈ? ਫਿਰ ਜੋ ਤੂੰ ਪੜ੍ਹਦਾ ਤਾਂ ਤੂੰ ਗਿਣਦਾ, ਜਾਂ ਤੂੰ ਗਿਣ ਲੈ ਜਾਂ ਤੂੰ ਪੜ੍ਹਦਾ, ਡਬਲ ਮਾਈਂਡਡ ਕਿਉਂ ਹੈ? ਫਿਰ ਤੂੰ ਗਿਣ ਕੇ ਕਿਹਨੂੰ ਦੱਸਣਾ? ਜੇ ਤੇਰੇ ਅੰਦਰ ਯਕੀਨ ਹੈ ਵੀ ਗੁਰੂ ਅਤੇ ਪਰਮੇਸ਼ਰ ਜਾਣਦੇ ਨੇ, ਫਿਰ ਤੂੰ ਕਿਹਨੂੰ ਦੱਸਣਾ? ਇਹਦਾ ਮਤਲਬ ਤੇਰਾ ਯਕੀਨ ਕੱਚਾ, ਉਹਨੂੰ ਪਤਾ ਨਹੀਂ ਲੱਗਦਾ। ਮੈਂ ਕਹਿ ਦਿਆਂ, ਮੈਂ ਦੱਸਦਾ ਵੀ ਇੰਨੇ ਕੀਤੇ ਨੇ, ਕਹਿੰਦੇ ਮਹਾਰਾਜ ਭੁੱਲ ਨਾ ਜਾਇਓ, ਕਿਤੇ ਭੁਲੇਖਾ ਨਾ ਰਹਿ ਜਾਏ, 21 ਹੋਏ ਨੇ, ਕਿਤੇ 20 ਨਾ ਲਿਖ ਲਿਓ। ਅਸੀਂ ਕਿਹੋ ਜਿਹੇ ਹਿਸਾਬੀ ਹਾਂ? ਪੂਰੇ ਮੁਨੀਮ ਬਣ ਕੇ ਅਸੀਂ ਪਾਠ ਕਰਦੇ ਹਾਂ ਪੂਰੇ, ਵੀ ਜਿਵੇਂ ਅਸੀਂ ਕੈਲਕੂਲੇਟਰ ਲੈ ਕੇ ਜਿੰਨਾ ਰੱਬ ਰੱਬ ਕਰਨਾ ਉਹਨਾਂ ਕੈਲਕੂਲੇਸ਼ਨ ਵੀ ਕਰਨੀ ਹੈ, ਜਿੰਨਾ ਰੱਬ ਰੱਬ ਕਰਨਾ ਬਾਣੀ ਪੜ੍ਹਨੀ ਉਹਦੀ ਕੈਲਕੂਲੇਸ਼ਨ ਵੀ ਨਾਲ ਕਰਨੀ, ਵੀ ਇੰਨੀ ਕੀਤੀ ਹੈ ਕਿਹਦੇ ਲਈ? ਇਹ ਦੌੜ ਹੈ, ਇਹ ਮਨ ਨੂੰ ਭਟਕਾਉਣ ਵਾਲੀ ਦੌੜ ਹੈ, ਇਹ ਸੁਰਤ ਨੂੰ ਹਉਮੈ ਦਾ ਰੋਗ ਲਾਉਂਦੀ ਹੈ, ਇਹ ਕੈਲਕੂਲੇਸ਼ਨ ਸਾਡੇ ਅੰਤਰ ਆਤਮੇ ਦਾ ਤਵਾਜਨ ਵਿਗਾੜਦੀ ਹੈ। ਮੈਂ ਇੰਨਾ ਕੀਤਾ, ਇਹ ਸਮੱਸਿਆ ਪੈਦਾ ਕਰਦੀ ਹੈ। ਭੋਜਨ ਖਾਧਾ ਹੋਵੇ ਅਤੇ ਡਾਇਜੈਸਟ ਨਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਫਾਰਾ ਹੋ ਜਾਂਦਾ। ਆਪਾਂ ਸਾਰੇ ਜਾਣਦੇ ਹਾਂ ਕਿਹੋ ਜਿਹੀ ਸਮੱਸਿਆ ਸਾਨੂੰ ਪੈ, ਡਾਇਜੈਸਟ ਨਾ ਹੋਵੇ। ਜਿਹੜੀ ਚੀਜ਼ ਬੰਦੇ ਨੇ ਭਲਾ ਕੰਮ ਕੀਤਾ ਡਾਇਜੈਸਟ ਨਹੀਂ ਹੋਇਆ ਤਾਂ ਵਿਖਾਵਾ ਕਰੇਗਾ। ਸਤਿਕਾਰ ਮਿਲ ਗਿਆ ਡਾਇਜੈਸਟ ਨਹੀਂ ਹੋਇਆ, ਬੰਦਾ ਸਮੱਸਿਆ ਖੜੀ ਕਰੇਗਾ। ਨਿੰਦਾ ਹੋਈ ਡਾਇਜੈਸਟ ਨਹੀਂ ਹੋਈ, ਡਿੱਗ ਪਏਗਾ, ਜਾਓ ਮੈਂ ਨਹੀਂ ਕਰਦਾ। ਗੁਰੂ ਮਹਾਰਾਜ ਕਹਿੰਦੇ ਆਪਣੀ ਪਾਚਨ ਕਿਰਿਆ ਠੀਕ ਕਰ, ਦੁਨੀਆ ਤਾਂ ਇਵੇਂ ਹੀ ਚੱਲਣੀ ਹੈ। ਜੇ ਤੂੰ ਆਖੇ ਨਾ ਵੀ ਸਾਰੇ ਤੇਰੀ ਸਿਫਤ ਕਰਨ ਜਾਂ ਸਾਰੇ ਤੇਰੀ ਨਿੰਦਿਆ ਕਰਨ, ਨਿੰਦਾ ਵੀ ਕੋਈ ਨਾ ਕਰੇ, ਜੋ ਤੇਰੇ ਮੁਤਾਬਕ ਉਹ ਹੋਵੇ, ਤਾਂ ਇਹਨੂੰ ਪਚਣਾ ਕੱਖ ਵੀ ਨਹੀਂ ਦੁਨੀਆ 'ਚ, ਤਾਂ ਪਚਦਾ ਵਾਕਿਆ ਹੀ ਸਾਨੂੰ ਕੱਖ ਨਹੀਂ। ਚਾਰ ਬੰਦੇ ਇੱਕ ਦੇ 'ਚ ਥੋੜ੍ਹਾ ਜਿਹਾ ਵਾਹ ਵਾਹ ਕਹਿ ਜਾਣ, ਸਮੱਸਿਆ ਖੜੀ ਹੋ ਜਾਂਦੀ ਹੈ। ਦੋ ਬੰਦਿਆਂ ਕੋਲੋਂ ਵਾਹ ਵਾਹ ਸੁਣ ਕੇ ਤੀਜੇ ਦੇ ਮੂੰਹ ਵੱਲ ਵੇਖੀ ਜਾਈਦਾ ਵੀ ਇਹ ਵੀ ਹੁਣ ਕੁਝ ਕਹਿ ਦੇਵੇ, ਵੀ ਇਹਨੂੰ ਕੀ ਤੰਦੂਆ ਪਿਆ, ਕਿਉਂ ਨਹੀਂ ਬੋਲਦਾ? ਇੰਨੇ ਬੰਦਿਆਂ ਨੂੰ ਮੈਂ ਚੰਗਾ ਲੱਗਦਾ, ਇਹਨੂੰ ਕਿਉਂ ਨਹੀਂ ਚੰਗਾ ਲੱਗਦਾ? ਸਮੱਸਿਆ ਹੁੰਦੀ ਹੈ ਨਾ। ਅਗਲਾ ਚੁਆਤੀ ਸੁੱਟ ਗਿਆ, ਅੱਗ ਬਾਲ ਗਿਆ, ਸਾਨੂੰ ਹੁਣ ਬਾਲਣ ਚਾਹੀਦਾ ਵੀ ਕੋਈ ਗੱਲਾਂ ਕਰੇ ਚਾਰ ਮੇਰੀ ਵਡਿਆਈ ਦੀਆਂ, ਅਤੇ ਬਾਲਣ ਪੈਂਦਾ ਜਾਏ ਅਤੇ ਅੱਗ ਮਗਦੀ ਰਹੇ। ਗੁਰੂ ਮਹਾਰਾਜ ਨੇ ਆਖਿਆ ਇਹ ਸਮੱਸਿਆਵਾਂ ਤੇਰੇ ਅੰਦਰ ਹਰ ਵੇਲੇ ਬੈਠੀਆਂ, ਬੇਚੈਨੀ ਪੈਦਾ ਕਰਦੀਆਂ ਨੇ, ਤੈਨੂੰ ਹੋਰ ਦੌੜ 'ਚ ਪਾਉਂਦੀਆਂ ਨੇ, ਵਾਹ ਵਾਹ ਦੀ ਬੱਲੇ ਬੱਲੇ ਦੀ ਦੌੜ ਵਿੱਚ। ਫਿਰ ਕੋਈ ਨਿੰਦਾ ਕਰ ਗਿਆ, ਕੋਈ ਮਾੜਾ ਕਹਿ ਗਿਆ, ਬੰਦੇ ਨੂੰ ਲੱਗਦਾ ਮੈਂ ਤਾਂ ਕਾਹੇ ਜੋਗਾ ਹੀ ਨਹੀਂ ਰਿਹਾ, ਡਿਪੈਂਡਡ ਹੋ ਗਿਆ, ਮੈਂਟਲੀ ਅਪਾਹਜ ਹਾਂ ਸੀ। ਸੁਰਤ ਕਰਕੇ ਆਪਾਂ ਹਮੇਸ਼ਾ ਦੂਜੇ 'ਤੇ ਚੰਗੇ ਹਾਂ, ਅਤੇ ਕੋਈ ਕਹੇ ਚੰਗਾ, ਕਿਸੇ ਨੇ ਮਾੜਾ ਕਿਹਾ ਤਾਂ ਮਾੜੇ ਹੋ ਗਏ। ਹਜ਼ੂਰ ਮਹਾਰਾਜ ਨੇ ਕਿਹਾ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਜੇ ਤੂੰ ਇੰਨਾ ਸਟੇਬਲ ਹੋਵੇਂ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ, ਤੈਨੂੰ ਤੁਰਦੇ ਰਹਿਣਾ ਚਾਹੀਦਾ, ਇਹ ਰੁਕਾਵਟਾਂ ਤਾਂ ਆਉਣਗੀਆਂ। ਜੀਵਨ ਦੇ ਪੈਂਡੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਤਾ ਕੀ ਲਿਖਿਆ? ਡੂੰਗਰ ਵਾਟ। ਡੂੰਗਰ ਵਾਟ ਕਿਹਨੂੰ ਕਹਿੰਦੇ ਨੇ? ਪਹਾੜੀ ਰਸਤਾ ਬੰਦੇ ਨੇ ਤੈਅ ਕਰਨਾ ਹੋਵੇ, ਕਦੇ ਬਹੁਤ ਉੱਚਾ ਪਹਾੜ ਆਇਆ, ਕਦੇ ਬੜੀ ਡੂੰਘੀ ਖਾਈ ਆਈ, ਕਿਤੇ ਰਸਤਾ ਬੜਾ ਸ਼ੋਰਟ ਜਿਹਾ, ਥੋੜ੍ਹਾ ਜਿਹਾ ਮਸਾਂ ਹੀ ਪੈਰ ਰੱਖਣ ਯੋਗਾ, ਹੱਥ ਪਾ ਪਾ ਕੇ ਲੰਘਣਾ ਪੈਂਦਾ,
ਇੱਕ ਪਾਸੇ ਪਹਾੜ ਆ ਜਾਂਦਾ, ਦੂਜੇ ਪਾਸੇ ਖਾਈ ਆ ਜਾਂਦੀ ਹੈ। ਕਿਤੇ ਰਸਤੇ 'ਚ ਪੱਥਰ ਪਏ ਨੇ, ਕਿਤੇ ਪਾਣੀ ਦਾ ਝਰਨਾ ਵਗਦਾ। ਯਾਨੀ ਹਰ ਜਗ੍ਹਾ 'ਤੇ ਹੀ ਤੁਹਾਨੂੰ ਧਿਆਨ ਰੱਖ ਕੇ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਣਾ ਸਫ਼ਰ ਕਰਨਾ ਪੈਂਦਾ। ਔਰ ਸਾਰੀਆਂ ਰੁਕਾਵਟਾਂ ਹੀ ਨੇ, ਪਾਣੀ ਦਾ ਝਰਨਾ ਆ ਗਿਆ ਤਾਂ ਰੁਕਾਵਟ ਹੈ, ਖਾਈ ਆ ਗਈ ਤਾਂ ਰੁਕਾਵਟ ਹੈ, ਉੱਚਾ ਪਹਾੜ ਆ ਗਿਆ ਤਾਂ ਰੁਕਾਵਟ ਹੈ, ਰਸਤੇ 'ਚ ਨਿੱਕੇ ਮੋਟੇ ਪੱਥਰ ਨੇ ਤਾਂ ਰੁਕਾਵਟ, ਹਰ ਚੀਜ਼ ਰੁਕਾਵਟ ਹੈ। ਬਸ ਆਪਣੇ ਪੈਰ ਨੂੰ ਬੰਦੇ ਨੇ ਸਟੇਬਲ ਰੱਖਣਾ। ਜੀਵਨ ਵਿੱਚ ਹਰ ਚੀਜ਼ ਹੀ ਰੁਕਾਵਟ, ਉਸਤਤ ਹੋ ਜਾਏ ਤਾਂ ਵੀ, ਵਡਿਆਈ ਹੋ ਜਾਏ ਤਾਂ ਵੀ, ਕੁਝ ਮਿਲ ਜਾਏ ਤਾਂ ਵੀ, ਕੁਝ ਚੱਲਿਆ ਜਾਏ ਹੱਥੋਂ ਤਾਂ ਵੀ, ਇਹ ਸਭ ਰੁਕਾਵਟਾਂ ਹੀ ਨੇ ਸਾਡੇ ਲਈ। ਵਾਰ ਵਾਰ ਬੰਦਾ ਇਹਨਾਂ 'ਚ ਡਿੱਗਦਾ ਰਹਿੰਦਾ, ਮਿਲ ਜਾਏ ਤਾਂ ਵੀ ਡਿੱਗਦਾ, ਨਾ ਮਿਲੇ ਤਾਂ ਵੀ ਡਿੱਗਦਾ। ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ, ਤਬ ਰੋਵਨ ਲੱਗਦਾ। ਸਤਿਗੁਰੂ ਕਹਿੰਦੇ ਨੇ ਕੌਣ ਬਚਦਾ ਇਹ ਸਾਰੇ ਰੋਲ ਘਚੋਲੇ ਵਿੱਚ, ਬਚਦਾ ਕੌਣ ਹੈ? ਜਿਹਨੂੰ ਹਜ਼ੂਰ ਗੁਰਮੁਖ ਕਹਿੰਦੇ, ਆਈਡੀਅਲ ਜੀਵਨ ਹੈ ਗੁਰਮੁਖ ਬਾਣੀ ਦਾ, ਇਹ ਕੋਈ ਭੇਖ ਦਾ ਨਾਂ ਨਹੀਂ, ਇਹ ਆਈਡੀਅਲ ਹੈ। ਇਹ ਗੁਰੂ ਸਾਹਿਬ ਨੇ ਜਿਹੜਾ ਮਾਡਲ ਪੇਸ਼ ਕੀਤਾ ਉਹ ਗੁਰਮੁਖ ਦਾ ਕੀਤਾ, ਗੁਰਮੁਖ ਮਾਡਲ ਹੈ। ਜਿਹੜਾ ਉਸਤਤ ਨਿੰਦਾ ਦੋਉ ਤਿਆਗੈ ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਨ। ਸਤਿਗੁਰੂ ਕਹਿੰਦੇ ਇਹ ਆਈਡੀਅਲ ਲਾਈਫ ਜਿਹੜੀ ਹੈ, ਵੀ ਉਸਤਤ ਹੋਵੇ ਨਿੰਦਾ ਹੋਵੇ ਉਹ ਤਵਾਜਨ ਰੱਖੇ ਆਪਣਾ, ਦੁਨੀਆ ਅੰਦਰ ਵਿਚਰਦਿਆਂ ਉਹ ਆਪਣੇ ਸਹਿਜ ਨੂੰ ਗਵਾਚਣ ਨਾ ਦੇਵੇ, ਉਹ ਵਿਚਾਰ ਕਰੇ ਇਸ ਗੱਲ ਨਾਲ। ਤੋ ਸਤਿਗੁਰੂ ਮਹਾਰਾਜ ਨੇ ਦੂਜੀ ਉਦਾਹਰਣ ਕੀ ਦਿੱਤੀ, ਔਰ ਮੈਂ ਬੇਨਤੀ ਕਰ ਰਿਹਾ ਸਾਂ, ਸੱਜਣ ਠੱਗ ਦਾ ਨਾਂ ਇਤਿਹਾਸ ਆਏਗਾ ਅਤੇ ਭੂਮੀਏ ਚੋਰ ਦਾ ਆਏਗਾ। ਦੋਵਾਂ ਦਾ ਕਾਰਜ ਖੇਤਰ ਇੱਕੋ ਹੀ ਹੈ, ਤਕਨੀਕ ਵੱਖਰੀ ਹੈ। ਕਾਰਜ ਖੇਤਰ ਕੀ ਹੈ? ਕਿਸੇ ਦੀ ਚੀਜ਼ ਉੱਤੇ ਨਿਗਾਹ ਰੱਖਣੀ ਅਤੇ ਉਹਨੂੰ ਆਪਣੇ ਕਾਬੂ 'ਚ ਲੈਣਾ। ਚੋਰ ਵੀ ਇਵੇਂ ਕਰਦਾ, ਠੱਗ ਵੀ ਇਵੇਂ ਕਰਦਾ, ਪਰ ਤਕਨੀਕ ਉਹਨਾਂ ਦੀ ਵੱਖਰੀ ਵੱਖਰੀ ਹੈ। ਠੱਗ ਨੂੰ ਹਨੇਰੇ ਦੀ ਲੋੜ ਨਹੀਂ ਪੈਂਦੀ, ਉਹਨੂੰ ਤੁਹਾਡੀ ਪਿੱਠ ਪਿੱਛੇ ਚੀਜ਼ ਪਈ ਹੋਵੇ ਇਹਦੇ ਨਾਲ ਮਤ, ਉਹ ਤੁਹਾਡੀ ਅੱਖ ਚੱਖ ਪਾ ਕੇ ਸਾਰਾ ਕੁਝ ਲੈ ਜਾਂਦਾ। ਜਿੰਨੀ ਕੁ ਸਾਡੇ ਅੰਦਰ ਗਿਆਨ ਦੀ ਚਿਣਗ ਹੋਵੇ, ਸਾਨੂੰ ਉਸ ਰੇਂਜ ਦੇ ਹਿਸਾਬ ਨਾਲ ਪਤਾ ਲੱਗਦਾ। ਕਿਸੇ ਨੂੰ ਉਦੋਂ ਹੀ ਪਹਿਲਾਂ ਲੱਗ ਜਾਂਦਾ ਵੀ ਬੰਦਾ ਸਹੀ ਨਹੀਂ ਲੱਗਦਾ, ਕਿਸੇ ਨੂੰ ਮੌਕੇ 'ਤੇ ਲੱਗਦਾ, ਕਿਸੇ ਨੂੰ ਅੱਧੇ ਘੰਟੇ ਬਾਅਦ, ਕੋਈ ਮਗਰੋਂ ਲੱਭਦਾ ਰਹਿੰਦਾ ਵੀ ਇੱਥੇ ਸੀ ਹੋਣੇ ਕਿੱਧਰ ਗਿਆ, ਅਤੇ ਕਿਸੇ ਨੂੰ ਸਾਰੀ ਉਮਰ ਨਹੀਂ ਲੱਗਦੀ। ਠੱਗ ਦਾ ਕਰਮ ਹੁੰਦਾ ਉਹਨੇ ਰਾਤ ਦਾ ਹਨੇਰਾ ਨਹੀਂ ਵੇਖਣਾ, ਤੁਹਾਡੀ ਪਿੱਠ ਪਿੱਛੇ ਨਹੀਂ ਕੁਝ ਕਰਨਾ। ਚੋਰ ਦਾ ਕੰਮ ਪਿੱਠ ਪਿੱਛੇ ਚੱਲਦਾ, ਉਹਨੂੰ ਹਨੇਰਾ ਚਾਹੀਦਾ, ਲੁਕਾਵਾ ਚਾਹੀਦਾ, ਕਿਸੇ ਦੀ ਅੱਖ ਨਾ ਵੇਂਹਦੀ ਹੋਵੇ, ਕੋਈ ਸਬੂਤ ਨਾ ਰਹਿ ਜਾਏ, ਉਹ ਇਸ ਤਰ੍ਹਾਂ ਕਰਦਾ। ਚੋਰ ਚਾਤਰ ਹੁੰਦਾ ਕੇਵਲ ਪਿੱਠ ਪਿੱਛੇ, ਠੱਗ ਚਾਤਰ ਹੁੰਦਾ ਅੱਖ ਸਾਹਮਣੇ। ਦੋਵਾਂ ਦਾ ਫਰਕ ਇਹ ਹੈ, ਜਦੋਂ ਭੂਮੀਏ ਦਾ ਨਾਂ ਪੜ੍ਹੋ ਤਾਂ ਉਹਦੀ ਬਿਰਤੀ ਕੁਝ ਹੋਰ ਤਰ੍ਹਾਂ ਦੀ ਹੈ, ਕਾਰਜ ਖੇਤਰ ਇੱਕੋ ਹੈ। ਜਦੋਂ ਸੱਜਣ ਦਾ ਨਾਂ ਪੜ੍ਹੋ ਤਾਂ ਉਹਨੂੰ ਕਿਸੇ ਹੋਰ ਤਰੀਕੇ ਨਾਲ ਵੇਖੋ, ਉਹ ਬੰਦਾ ਇੰਨਾ ਢਲਿਆ ਹੋਇਆ ਨਹੀਂ, ਉਹਨੂੰ ਕਿਸੇ ਹਨੇਰੇ ਦੀ ਲੋੜ ਨਹੀਂ, ਉਹ ਜੋ ਕਰ ਰਿਹਾ ਓਪਨਲੀ ਕਰ ਰਿਹਾ। ਅਤੇ ਇੱਕ ਬਿਨਾਂ ਕਰਾਂ, ਚੋਰ ਦਾ ਰੌਲਾ ਪਾ ਕੇ ਹਜ਼ਾਰਾਂ ਬੰਦੇ ਚੋਰ ਨੂੰ ਕੁੱਟਣ ਵਾਲੇ ਸੱਦੇ ਜਾ ਸਕਦੇ, ਕਿਸੇ ਨੂੰ ਕਹਿ ਦਿਓ ਚੋਰ ਚੋਰ ਭੱਜ, ਕਿਸੇ ਨੇ ਨਹੀਂ ਸਬੂਤ ਲੈਣਾ, ਕੁੱਟ ਸੁੱਟਣਾ। ਜਿਹੜਾ ਵਿਹਲਾ ਹੋਇਆ ਉਹਨੇ ਆਖਣਾ ਚਲੋ ਚੋਰ ਹੀ ਕੁੱਟ ਲੈਂਦੇ। ਠੱਗ ਕਾਬੂ ਆਉਣਾ ਬਹੁਤ ਔਖਾ ਹੁੰਦਾ, ਠੱਗ ਨੂੰ ਸਾਬਤ ਕਰਨਾ ਬੜਾ ਔਖਾ ਹੈ। 95% ਤੋਂ ਜ਼ਿਆਦਾ ਲੋਕ ਠੱਗ ਨੂੰ ਠੱਗ ਮੰਨਦੇ ਹੀ ਨਹੀਂ, ਉਹਦੇ ਪਿਛਲਾਵੇ 'ਚ ਆਉਂਦੇ ਨੇ।
5% ਹੁੰਦੇ ਨੇ ਉਹਨਾਂ ਦੀ 95 ਸੁਣਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਸੱਜਣ ਦੇ ਘਰ ਦਾ ਰਾਹ ਪੁੱਛਿਆ ਹੋਏਗਾ, ਐਸੀ ਨਹੀਂ ਗੱਲ ਵੀ ਮਹਾਰਾਜ ਨੂੰ ਸਧਾਰਨ ਬੜੇ ਚੰਗੇ ਲੋਕ ਵੀ ਰਸਤੇ 'ਚ ਮਿਲੇ, ਉਹਨਾਂ ਆਖਿਆ ਮਹਾਰਾਜ ਤੁਸੀਂ ਉੱਥੇ ਕੀ ਲੈਣ ਜਾ ਰਹੇ। ਇਹ ਬਿਨਾਂ ਮੈਂ ਅੱਗੇ ਵੀ ਸਾਂਝੀ ਕੀਤੀ ਹੈ, ਧਰਮ ਕਿਸੇ ਵਲਗਣ ਵਿੱਚ ਰਹਿਣ ਵਾਲੀ ਚੀਜ਼ ਨਹੀਂ। ਧਰਮ ਰੋਗ ਦਾ ਦਾਰੂ ਹੈ, ਇਲਾਜ ਹੈ। ਧਰਮ ਚੜ੍ਹਦਾ ਸੂਰਜ ਮੈਲਾ ਨਹੀਂ ਹੁੰਦਾ, ਗੰਦਗੀ ਦੇ ਢੇਰ 'ਤੇ ਵੀ ਸੂਰਜ ਦੀ ਰੋਸ਼ਨੀ ਪਏ ਤਾਂ ਸੂਰਜ ਮੈਲਾ ਹੁੰਦਾ। ਅੱਗ ਮੈਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਪਰ ਅੱਗ ਮੈਲੀ ਨਹੀਂ ਹੁੰਦੀ। ਧਰਮ ਦੀ ਬਾਣੀ ਚੋਰਾਂ ਅਤੇ ਠੱਗਾਂ ਦੇ ਗ੍ਰਹਿ ਵਿੱਚ ਘਰਾਂ ਵਿੱਚ ਵੀ ਜਾ ਕੇ ਗੂੰਜੀ, ਬਾਣੀ ਬੇਅਦਬ ਨਹੀਂ ਹੋਈ, ਸੂਰਜ ਮੈਲਾ ਨਹੀਂ ਹੁੰਦਾ। ਸੂਰਜ ਦੀ ਰੋਸ਼ਨੀ ਤਾਂ ਗੰਦਗੀ ਦੇ ਢੇਰ 'ਤੇ ਵੀ ਪੈਂਦੀ ਹੈ, ਫੁੱਲਾਂ ਦੇ ਬੂਟਿਆਂ 'ਤੇ ਵੀ ਪੈਂਦੀ ਹੈ, ਸੋਨੇ ਦੇ ਮੰਦਰਾਂ 'ਤੇ ਵੀ ਪੈਂਦੀ ਹੈ, ਕੱਖਾਂ ਦੀਆਂ ਕੁੱਲੀਆਂ 'ਤੇ ਵੀ ਪੈਂਦੀ ਹੈ। ਸੂਰਜ ਆਪਣਾ ਕੰਮ ਕਰਦਾ, ਉਹਦਾ ਕਰਮ ਹੈ ਰੋਸ਼ਨੀ ਦੇਣਾ, ਉਹਦੀ ਰੋਸ਼ਨੀ ਸਾਰਿਆਂ ਲਈ ਇੱਕੋ ਜਿਹੀ ਹੈ, ਕੀ ਅਮੀਰ ਕੀ ਗਰੀਬ, ਜਿਹੜਾ ਅੱਖ ਖੋਲ੍ਹ ਲਏ ਉਹੀ ਉਹਦੇ ਚਾਨਣ ਨੂੰ ਮਾਣ ਸਕਦਾ। ਸੂਰਜ ਮੈਲਾ ਨਹੀਂ ਹੁੰਦਾ, ਧਰਮ ਵੀ ਸੂਰਜ ਵੱਤ ਮੈਲਾ ਨਹੀਂ ਹੁੰਦਾ। ਸੱਚ ਸੰਪੂਰਨ ਨਿਰਮਲਾ, ਤਿਸ ਵਿੱਚ ਕੂੜ ਨਾ ਰਲਦਾ ਰਾਈ। ਇਹ ਜਦੋਂ ਔਰਗੇਨਾਈਜ਼ ਹੋ ਜਾਂਦੇ ਹਾਂ ਅਸੀਂ ਹੌਲੀ 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 ਹੌਲੀ, ਫਿਰ ਕੁਝ ਮਾਨਤਾਵਾਂ ਘੜ ਲੈਂਦੇ ਹਾਂ, ਫਿਰ ਕੁਝ ਆਪਣੀ ਚਲਾਉਣ ਵਾਸਤੇ ਚੀਜ਼ਾਂ ਜੋੜ ਲੈਂਦੇ ਹਾਂ, ਉਹ ਫਿਰ ਇਸ ਤਰ੍ਹਾਂ ਚੱਲ ਚੱਲ ਕੇ ਧਰਮ ਵਲਗਣ 'ਚ ਵੱਜ ਜਾਂਦਾ। ਅਸਲ 'ਚ ਉਹ ਸਾਡੀਆਂ ਮਾਨਤਾਵਾਂ ਹੁੰਦੀਆਂ ਜਿਹੜੀ ਵਲਗਣ 'ਚ ਵੱਜਦੀਆਂ, ਧਰਮ 'ਤੇ ਵੱਜਦਾ ਨਹੀਂ, ਪਰ ਅਸੀਂ ਉੱਥੇ ਕਾਬਜ ਹੋ ਜਾਂਦੇ। ਤੂੰ ਇਹ ਨਹੀਂ ਕਰ ਸਕਦਾ, ਤੂੰ ਉਹ ਨਹੀਂ ਕਰ ਸਕਦਾ, ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਅਸੀਂ ਲੜਦੇ ਘੁਲਦੇ, ਫਿਰ ਉਹ ਮਜ਼ਹਬ ਦਾ ਰੂਪ ਲੈ ਲੈਂਦਾ। ਪਹਿਲਾਂ ਦੋ ਮਜ਼ਹਬ ਲੜਦੇ ਨੇ, ਫਿਰ ਮਜ਼ਹਬ ਦੇ ਵਿੱਚ ਬੰਦੇ ਧੜੇ ਬਣਾ ਕੇ ਲੜਦੇ ਨੇ, ਅਤੇ ਹੁੰਦੇ ਸਾਰੇ ਹੀ ਧਰਮ ਤੋਂ ਸੱਖਣੇ ਆ। ਅਸੀਂ ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਂਭਣ ਮੌਲਾਣੇ, ਸਿਰੋਂ ਨਾ ਮਿਟੇ ਆਵਣ ਜਾਣੇ। ਜਦੋਂ ਅਸੀਂ ਲੜਦੇ ਹਾਂ ਖਿਮਾ ਕਰਨਾ, ਜਦੋਂ ਲੜਨ ਦੀ ਪ੍ਰਕਿਰਿਆ 'ਚ ਪੈਂਦੇ ਹਾਂ, ਆਹ ਨਿਯਮ ਨਹੀਂ ਹੈ, ਆਹ ਹੈ, ਆਹ ਮਰਿਆਦਾ ਨਹੀਂ, ਜਦੋਂ ਤੁਸੀਂ ਸਹਿਜ ਗਵਾ ਲਿਆ ਮਰਿਆਦਾ, ਤਾਂ ਉਦੋਂ ਹੀ ਖਿੰਡ ਪੁੰਡ ਗਈ। ਕ੍ਰੋਧ ਤਾਂ ਮਰਿਆਦਾ ਨੂੰ ਖਾ ਗਿਆ, ਹੋਰ ਕੀ ਬਚਾਉਣਾ, ਧਰਮ ਤਾਂ ਖਾਧਾ ਗਿਆ। ਜਦੋਂ ਹਿੰਸਾ ਪੈਦਾ ਹੋ ਗਈ, ਜਦੋਂ ਤੁਹਾਡੇ ਅੰਦਰ ਹਿੰਸਾ ਦਾ ਸੁਭਾਅ ਪੈਦਾ ਹੋ ਗਿਆ, ਜਦੋਂ ਤੁਹਾਡੇ ਅੰਦਰ ਦੂਜੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਗਈ, ਧਰਮ ਤਾਂ ਉਦੋਂ ਹੀ ਜਾਂਦਾ ਲੱਗਾ, ਬਚਾਉਣਾ ਕੀ ਹੈ, ਕੁਝ ਨਹੀਂ ਬਚਣਾ। ਜੋ ਬਚਾ ਰਿਹਾ ਉਹ ਸਾਡੀ ਈਗੋ ਹੈ। ਹਜ਼ੂਰ ਨੇ ਕਿਹਾ ਨਹੀਂ, ਧੌਲ ਧਰਮ ਦਇਆ ਕਾ ਪੂਤ। ਜਦੋਂ ਦਇਆ ਨਾ ਰਹੀ ਮਨ 'ਚ, ਧਰਮ ਰਹਿਣਾ ਹੀ ਨਹੀਂ, ਅਤੇ ਜੋ ਅਸੀਂ ਬਚਾ ਰਹੇ ਹਾਂ ਉਹ ਧਰਮ ਨਹੀਂ ਬਚਾ ਰਿਹਾ, ਉਹ ਕੀ ਬਚਾ ਰਹੇ ਹਾਂ, ਆਪਣੀ ਹਿੰਡ, ਆਪਣੀ ਹੋਂ ਜਾਂ ਆਪਣੀ ਧੜੇਬਾਜ਼ੀ, ਇਹੀ ਹੈ ਨਾ। ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕ ਬਾਣੀ ਦੇ, ਸਤਿਗੁਰੂ ਦੀ ਸੋਚ ਦੇ ਮੁਤਾਬਕ, ਵਿਵੇਕ ਦੇ ਨਾਲ ਇਸ ਚੀਜ਼ ਨੂੰ ਵੇਖਾਂਗੇ, ਤੁਹਾਨੂੰ ਦੁਨੀਆ ਦੇ ਸਾਰੇ ਝਗੜੇ ਫਜ਼ੂਲ ਲੱਗਣਗੇ। ਤੁਹਾਨੂੰ ਲੱਗੇਗਾ ਅਸੀਂ ਭਾਰ ਵਾਧੂ ਚੁੱਕ ਬੈਠੇ ਹਾਂ, ਅਤੇ ਚੁੱਕਦੇ ਤੁਰੇ ਜਾ ਰਹੇ, ਨਹੀਂ ਇਹ ਛੱਡਣ ਦੀ ਲੋੜ ਹੈ, ਇਹ 'ਚੋਂ ਬਾਹਰ ਆਉਣ ਦੀ ਲੋੜ ਹੈ, ਬਾਣੀ ਨੂੰ ਚੜ੍ਹਦੇ ਸੂਰਜ ਵਾਂਗ ਮਾਨਣ ਦੀ ਲੋੜ ਹੈ, ਇਹਦੀ ਰੋਸ਼ਨੀ ਨੂੰ ਆਪਣੇ ਹਿਰਦੇ ਤੱਕ ਲਿਆਉਣ ਦੀ ਲੋੜ ਹੈ। ਇਹਨੂੰ ਜਿਵੇਂ ਕੋਈ ਪੜ੍ਹਦਾ ਪੜ੍ਹਨ ਦਿਓ, ਉਹਨੂੰ ਪ੍ਰੇਰਨਾ ਕਰੋ, ਸਟ੍ਰਿਕਟ ਨਾ ਹੋਵੋ ਉਹਦੇ 'ਤੇ, ਉਹਨੂੰ ਜੁੜਨ ਦਿਓ। ਮੈਂ ਇੱਕ ਗੱਲ ਕਹਿ ਦਿਆਂ ਵੀ ਜੇ ਅਸੀਂ ਇਹ ਗੱਲ ਪ੍ਰਚਾਰੀ ਵੀ ਅਸੀਂ ਹਾਂ ਅਤੇ ਸੁਧਾਰ ਵੀ ਅਸੀਂ ਕਰਨਾ,
ਇਹ 'ਚ ਸੰਗਤ ਦਾ ਕੋਈ ਦੋਸ਼ ਨਹੀਂ, ਅਸੀਂ ਪ੍ਰਚਾਰਕਾਂ ਨੇ ਪ੍ਰਚਾਰੀਏ, ਗਲਤ ਹੈ ਜੋ ਉਹਨੂੰ ਸੁਧਾਰਨਾ ਵੀ ਅਸੀਂ ਹੈ। ਤੁਸੀਂ ਬਾਣੀ ਗਲਤ ਪੜ੍ਹ ਲਈ ਪਾਪ, ਆਪ ਜਿੰਨੀ ਸੰਗਤ ਬੈਠੇ ਹੋ ਤੁਹਾਡੇ 'ਚੋਂ ਕੋਈ ਹੈ ਜਿਹੜਾ ਜਾਣ ਬੁੱਝ ਕੇ ਗਲਤ ਪੜ੍ਹੇ, ਇਹਨੂੰ ਅੱਖਰ ਦਿਸ ਰਹੇ ਹੋਣ ਅਤੇ ਜਾਣ ਕੇ ਗਲਤ ਪੜ੍ਹੇ? ਨਹੀਂ। ਹਾਂ, ਸਹਿਵਨ ਕੋਈ ਗਲਤੀ ਭੁੱਲ ਹੋ ਜਾਏ, ਪੜ੍ਹਨ 'ਚ ਨਹੀਂ ਸਮਝ ਆਈ ਵੀ ਇਸ ਅੱਖਰ ਦਾ ਉਚਾਰਨ ਕਿਵੇਂ ਹੋਣਾ, ਸ਼ਬਦ, ਉਹ ਗੱਲ ਵੱਖਰੀ। ਜਾਣ ਕੇ ਤਾਂ ਕੋਈ ਨਹੀਂ, ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਜਾਣ ਕੇ ਨਹੀਂ ਕਰੇਗਾ, ਸਹਿਵਨ ਹੋਏਗਾ। ਅਤੇ ਉਹ ਅਸੀਂ 80 ਸਾਲ ਵੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਵੀ, ਅਸੀਂ ਵੀ ਜਦੋਂ ਅਰਦਾਸ ਕਰਾਂਗੇ ਇਹ ਕਹਾਂਗੇ ਮਹਾਰਾਜ ਭੁੱਲ ਚੁੱਕ ਦੀ ਖਿਮਾ, ਅਤੇ ਜਦੋਂ ਅਸੀਂ ਇਹ ਗੱਲ ਕਹਿੰਦੇ ਵੀ ਗਲਤ ਪੜੇਗੀ ਪਾਪ ਲੱਗੇਗਾ, ਸਾਨੂੰ ਪੁੱਛਦੇ ਕਿਉਂ ਨੇ ਵੀ ਤੁਸੀਂ ਮਾਫੀਆਂ ਫਿਰ ਕਾਹਦੀਆਂ ਮੰਗਦੇ ਹੋ, ਸਾਨੂੰ ਤਾਂ ਡਰਾਉਂਦੇ ਹੋ, ਇਹਦਾ ਮਤਲਬ ਤੁਸੀਂ ਗਲਤੀ ਕਰਦੇ ਹੋ ਨਾ, ਜੇ ਗਲਤੀ ਨਹੀਂ ਕਰਦੇ ਮਾਫੀ ਕਿਉਂ ਮੰਗਦੇ ਹੋ? ਇਹਦਾ ਮਤਲਬ ਤੁਸੀਂ ਵੀ ਇਸ ਪੋਸੀਬਿਲਿਟੀ ਰੱਖਦੇ ਹੋ ਵੀ ਗਲਤੀ ਹੋ ਸਕਦੀ ਹੈ, ਉਹ ਜਿਹੜੀ ਮੈਂ ਜਾਣ ਕੇ ਨਹੀਂ ਕੀਤੀ, ਸਹਿਵਨ ਹੈ, ਮੇਰੇ ਧਿਆਨ 'ਚ ਨਹੀਂ ਆਈ, ਅਣਗਹਿਲੀ 'ਚ ਹੋਈ, ਮੈਂ ਉਹਦੀ ਮਾਫੀ ਮੰਗਦਾ, ਮੈਨੂੰ ਉਹਦੀ ਸੋਝੀ ਬਖਸ਼ੋ ਕਿ ਉਹ ਵੀ ਮੇਰੇ ਧਿਆਨ 'ਚ ਆਵੇ ਅਤੇ ਮੈਂ ਉਹਨੂੰ ਸੁਧਾਰ ਸਕਾਂ। ਇਸ ਤਰ੍ਹਾਂ ਹੀ ਹੈ ਨਾ ਜੀ, ਬੱਚਾ ਜਦੋਂ ਬੋਲਣਾ ਸਿੱਖਦਾ ਉਹ ਆਪਣੀ ਮਾਂ ਨੂੰ, ਬਾਪ ਨੂੰ, ਦਾਦੇ ਨੂੰ, ਦਾਦੀ ਨੂੰ, ਘਰ ਦੇ ਜੀਆਂ ਨੂੰ ਕਦੇ ਪੂਰੇ ਅਤੇ ਸਿੱਧੇ ਅਤੇ ਸਾਫ਼ ਸ਼ਬਦ ਵਿੱਚ ਨਹੀਂ ਬੁਲਾਉਂਦਾ। ਕਦੇ ਕਿਸੇ ਮਾਂ ਨੇ ਨਿਆਣੇ ਨੂੰ ਇਸ ਕਰਕੇ ਕੁੱਟਿਆ ਵੀ ਇਹ ਚੱਜ ਨਾਲ ਮਾਂ ਵੀ ਨਹੀਂ ਆਉਂਦਾ, ਕੋਈ ਪਾਗਲ ਹੀ ਹੋਏਗੀ ਜਿਹੜੀ ਇਸ ਤਰ੍ਹਾਂ ਕੁੱਟੇਗੀ। ਟੱਬਰ ਖੁਸ਼ ਹੋ ਜਾਂਦਾ, ਬੱਚੇ ਦੇ ਮੂੰਹ ਤੋਂ ਅੱਧਾ ਟੁੱਟਾ ਲਫ਼ਜ਼ ਨਿਕਲਿਆ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਵੀ ਇਹ ਬੋਲਣਾ ਸਿੱਖ ਰਿਹਾ। ਆਪਣੀ ਬੋਲਣ ਦੀ ਏਜ ਤੋਂ 2-4 ਮਹੀਨੇ ਬੱਚਾ ਉੱਤੇ ਚੱਲਿਆ ਜਾਏ, ਫਿਕਰ ਹੋਣ ਲੱਗ ਪੈਂਦੀ ਹੈ ਵੀ ਅਜੇ ਤੱਕ ਬੋਲਿਆ ਕਿਉਂ ਨਹੀਂ ਹੈ, ਕੋਈ ਸਮੱਸਿਆ ਨਾ ਹੋਵੇ, ਡਾਕਟਰਾਂ ਤੱਕ ਪਹੁੰਚ ਕਰ ਲਈਦੀ ਹੈ ਵੀ ਹੁਣ ਤੱਕ ਤਾਂ ਇਹਨੂੰ ਮਾੜਾ ਮੋਟਾ ਕੁਝ ਨਾ ਕੁਝ ਕਹਿਣਾ ਚਾਹੀਦਾ ਸੀ, ਇਹ ਬੋਲਦਾ ਨਹੀਂ, ਕੀ ਕਾਰਨ ਹੈ? ਨਾ ਬੋਲਣਾ ਸਮੱਸਿਆ, ਜੇ ਨਹੀਂ ਨਾ ਪੜ੍ਹਦੇ ਡਰ ਕੇ ਅਤੇ ਚਿੰਤਾ ਦੀ ਗੱਲ ਹੈ, ਜੇ ਤੁਸੀਂ ਪੜ੍ਹਦੇ ਹੋ ਨਾ, ਬੋਲਣਾ ਸਿੱਖਦੇ ਹੋ, ਜਿੱਦਾਂ ਦੇ ਵੀ ਸ਼ਬਦਾਂ 'ਚ ਬੋਲਦੇ ਹੋ, ਇਹ ਖੁਸ਼ੀ ਦੀ ਗੱਲ ਹੈ। ਗੁਰੂ ਦੇ ਬੱਚੇ, ਗੁਰੂ ਤੋਂ ਵੱਡੇ ਨਹੀਂ, ਨਾ ਹੀ ਗੁਰੂ ਦੇ ਵਿਦਵਾਨ, ਇਹ ਖੁਸ਼ੀ ਦੀ ਗੱਲ ਹੈ ਵੀ ਕੋਈ ਬੋਲਣਾ ਸਿੱਖ ਰਿਹਾ, ਉਹਨੂੰ ਅੱਖਰ ਉਠਾਉਣੇ ਆ ਗਏ ਨੇ, ਉਹ ਵੇਖ ਦਰਸ਼ਨ ਕਰ ਰਿਹਾ। ਸਾਡੇ ਪੁਰਾਣੇ ਵਿਚਾਰਕਾਂ ਨੇ ਲਿਖਿਆ ਗੁਰਬਾਣੀ ਦੇ ਪਹਿਲੇ ਨੇਤਰ ਦਰਸ਼ਨ ਹੁੰਦੇ ਨੇ, ਅੱਖਾਂ ਨਾਲ ਆਪ ਬਾਣੀ ਨੂੰ ਸਕ੍ਰਿਪਟ ਨੂੰ ਵੇਖਣਾ ਨੇਤਰ ਦਰਸ਼ਨ, ਬਾਣੀ ਨੂੰ ਸੁਣਨਾ ਸ਼੍ਰਵਣ ਦਰਸ਼ਨ, ਬਾਣੀ ਨੂੰ ਪੜ੍ਹਨਾ ਰਸਨ ਦਰਸ਼ਨ, ਫਿਰ ਉਸ ਭਾਵ ਨੂੰ ਆਪਣੀ ਸੁਰਤ ਵਿੱਚ ਟਿਕਾਉਣਾ ਸੁਰਤ ਦਰਸ਼ਨ। ਚਾਰ ਪ੍ਰਕਾਰ ਦੇ ਦੀਦਾਰ ਕਹੇ ਗਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ। ਮੈਂ ਇੱਕ ਐਸਾ ਬਜ਼ੁਰਗ ਵੇਖਣ ਨੂੰ ਅਨਪੜ੍ਹ ਨੂੰ ਵੇਖਣਾ ਨਹੀਂ ਆਉਂਦਾ, ਕੋਈ ਪਾਠ ਕਰਦਾ ਹੁੰਦਾ ਤਾਂ ਉਹ ਨੇੜੇ ਹੋ ਕੇ ਜਾ ਕੇ ਵੇਖਦਾ, ਨੇੜੇ ਹੋ ਕੇ, ਕਈ ਵਾਰ ਅਟਪਟਾ ਵੀ ਲੱਗਦਾ ਵੀ ਇੱਦਾਂ ਨੇੜੇ ਜਾ ਕੇ ਵੀ ਅਗਲਾ ਪਾਠ ਕਰਦਾ ਤੁਹਾਨੂੰ ਡਿਸਟਰਬ ਕਰਦਾ, ਉਹਨੂੰ ਇਸ ਗੱਲ ਦਾ ਮਲਾਲ ਰਹਿੰਦਾ ਵੀ ਮੈਂ ਕਿਤੇ ਪੜ੍ਹ ਸਕਦਾ ਹੁੰਦਾ, ਮੈਂ ਵੀ ਇਹਦੇ ਵਾਂਗੂ ਪੜ੍ਹਦਾ ਜਿੱਦਾਂ ਇਹ ਮਹਾਰਾਜ ਦੀ ਬਾਣੀ, ਇਨ ਪਿਆਰ ਮੈਨੂੰ ਬਹੁਤ ਹੈ ਗੁਰੂ ਨੂੰ, ਪੜ੍ਹ ਨਹੀਂ ਸਕਦਾ, ਮੈਂ ਵੇਖ ਲੈਂਦਾ ਵੀ ਚਲੋ ਮੈਂ ਸੁਣ ਲੈਂਦਾ, ਸੁਣ ਤਾਂ ਮੈਂ ਸਕਦਾ, ਮੈਂ ਸੁਣਦਾ ਵੀ ਹਾਂ, ਪਰ ਮੈਨੂੰ ਵੇਖ ਕੇ ਵੀ ਓਨਾ ਹੀ ਚਾਅ ਆਉਂਦਾ ਵੀ ਚਲੋ ਮੈਂ ਪੜ੍ਹ ਨਹੀਂ ਸਕਦਾ, ਮੈਂ ਮਹਾਰਾਜ ਦੇ ਅੱਖਾਂ ਨਾਲ ਦਰਸ਼ਨ ਤਾਂ ਕਰ ਲੈਂਦਾ।
ਕੀ ਪਾਬੰਦੀ ਲਾਓਗੇ ਉਹਦੇ 'ਤੇ, ਕਿਹੜੀ ਧਾਰਾ ਲਾਈ ਉਹਦੇ 'ਤੇ? ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਣ ਪੜਿਆ ਪਰਮਗਤ ਪਾਵੈ। ਜਿਹਦੀ ਸੁਰਤ ਵਿੱਚ ਵਸ ਗਈ ਇਹ ਗੱਲ, ਹਜ਼ੂਰ ਨੇ ਆਖਿਆ ਉਹ ਪ੍ਰਵਾਨ ਹੈ, ਉਹ ਪ੍ਰਵਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾ ਮਾਰਗ ਸ਼ੁੱਧਤਾ ਸਿੱਖਣਾ, ਹੋਰ ਅੱਗੇ ਵਧਣਾ, ਇਹ ਤਾਂ ਸਫ਼ਰ ਹੈ। ਇਹ ਤਾਂ ਹੋਏਗਾ ਜੇ ਪਹਿਲਾ ਪੈਰ, ਬੱਚਾ ਜਦੋਂ ਤੁਰਨਾ ਸਿੱਖਦਾ ਉੱਠਦਾ ਬਹਿ ਜਾਂਦਾ, ਉੱਠਦਾ ਉਹਨੂੰ ਅਸੀਂ ਬਾਹਾਂ ਤੋਂ ਫੜਦੇ ਹਾਂ ਹੌਲੀ ਜਿਹੀ, ਪਹਿਲਾਂ ਤਾਂ ਉਹਦੀਆਂ ਲੱਤਾਂ 'ਤੇ ਭਾਰ ਪਾਉਂਦੇ ਹਾਂ ਵੀ ਥੋੜ੍ਹਾ ਥੋੜ੍ਹਾ ਉੱਠੇ, ਉਹ ਫਿਰ ਮੰਜੇ ਨਾਲ, ਬੈੱਡ ਨਾਲ, ਕਿਸੇ ਉੱਚੀ ਚੀਜ਼ ਨਾਲ ਹੱਥ ਜਾਂ ਸਾਡੀਆਂ ਹੀ ਲੱਤਾਂ ਨਾਲ ਹੱਥ ਪਾ ਕੇ ਥੋੜ੍ਹਾ ਜਿਹਾ ਉੱਠਦਾ, ਸਾਨੂੰ ਚਾਅ ਚੜ੍ਹਦਾ, ਡਿੱਗਦਾ ਵੀ ਹੈ, ਸੱਟ ਵੀ ਲਵਾ ਲੈਂਦਾ ਕਈ ਵਾਰ, ਪਰ ਇਸ ਡਰ ਤੋਂ ਵੀ ਇਹਨੂੰ ਸੱਟ ਨਾ ਲੱਗ ਜਾਏ ਉਹਨੂੰ ਉੱਠਣ ਤੋਂ ਡਰਾਈਦਾ ਨਹੀਂ। ਫਿਰ ਉਹ ਥੋੜ੍ਹਾ ਜਿਹਾ ਤੁਰਦਾ, ਇੱਕ ਪੈਰ ਤੁਰਦਾ, ਫਿਰ ਬਹਿ ਜਾਂਦਾ, ਫਿਰ ਦੋ ਪੈਰ ਤੁਰਦਾ, ਚਾਰ, ਫਿਰ ਉਹ ਭੱਜਣ ਲੱਗ ਪੈਂਦਾ, ਸਾਨੂੰ ਪਿੱਛੇ ਛੱਡ ਜਾਂਦਾ। ਉਹਦੇ ਭੱਜਣ 'ਤੇ ਪਾਬੰਦੀ ਲਾਵਾਂਗੇ? ਨਹੀਂ, ਉਹਨੂੰ ਭੱਜਣ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਅਸੀਂ ਸਾਰੇ ਬਾਲਕ ਹਾਂ, ਬੱਚੇ ਹਾਂ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰੂ ਸਾਡਾ ਮਾਂ ਪਿਓ ਹੈ। ਅਸੀਂ ਜਦੋਂ ਬੋਲਾਂਗੇ ਨਾ ਤੋਤਲੀ ਆਵਾਜ਼ 'ਚ ਵੀ ਬੋਲਾਂਗੇ, ਸਾਨੂੰ ਨਹੀਂ ਆਉਂਦਾ, ਗੁਰੂ ਖੁਸ਼ ਹੋਏਗਾ, ਪ੍ਰਸੰਨ ਹੋਏਗਾ। ਖੌਰੇ ਸਾਖੀ ਕਿੰਨੇ ਘੜੀ ਵੀ ਉਹ ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ, ਅਤੇ ਮਹਾਰਾਜ ਨੇ ਆਖਿਆ ਜਾਓ ਉਹਦੇ ਚਪੇੜਾ ਮਾਰ ਕੇ ਆਓ, ਇਹ ਮਹਾਰਾਜ ਦਾ ਨਿਯਮ ਨਹੀਂ ਖਿਮਾ ਕਰਨਾ। ਇਹ ਗੱਲ ਕਹਿਣ ਲੱਗਿਆ ਸਾਨੂੰ ਝਿਜਕ ਰੱਖਣੀ ਚਾਹੀਦੀ ਹੈ, ਕਿਉਂ ਚਪੇੜਾ ਮਰਵਾਏਗਾ ਗੁਰੂ ਕਿਸੇ ਸਿੱਖ ਨੂੰ? ਇਸ ਕਰਕੇ ਵੀ ਉਹਨੇ ਇੱਕ ਮਾਤਰਾ ਦੀਆਂ ਦੋ ਮਾਤਰਾ ਜਾਂ ਦੋ ਮਾਤਰਾ ਦੀ ਇੱਕ ਮਾਤਰਾ ਭੁਲੇਖੇ ਨਾਲ ਪੜ੍ਹ ਲਈ ਹੈ, ਉਹ ਕ ਦੁਖੀ ਹੈ। ਕਿਹਨੇ ਲਿਖੀ ਹੈ ਸਾਖੀ? ਗੁਰੂ ਨੇ ਲਿਖੀ ਆਪਣੇ ਹੱਥਾਂ ਨਾਲ। ਮਗਰ ਦੇ ਕਿਸੇ ਬੰਦੇ ਦੀ ਗੱਲ 'ਤੇ ਯਕੀਨ ਕਰ ਲਿਆ, ਗੁਰੂ ਦੇ ਸੁਭਾਅ 'ਤੇ ਯਕੀਨ ਕਿਉਂ ਨਾ ਕੀਤਾ? ਸਤਿਗੁਰ ਦਾਤਾ ਦਿਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ 'ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ, ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਸਤਿਗੁਰ ਸਭਨਾ ਦਾ ਭਲਾ ਮਨਾਏਦਾ। ਗੁਰੂ ਦੀ ਗੱਲ 'ਤੇ ਯਕੀਨ ਨਹੀਂ ਆਇਆ, ਲਿਖਾਰੀ ਦੀ ਗੱਲ 'ਤੇ ਯਕੀਨ ਆ ਗਿਆ। ਲਿਖਾਰੀ ਨੇ ਲਿਖੀ ਹੈ, ਲਿਖਾਰੀ ਗੁਰੂ ਹੈ। ਮੈਂ ਇੱਥੇ ਕੋਈ ਗਲਤ ਗੱਲ ਕਹਿ ਜਾਵਾਂ ਜਿਹੜੀ ਗੁਰੂ ਦੀ ਸੋਚ ਤੋਂ ਉਲਟ ਹੋਵੇ, ਤੁਸੀਂ ਮੇਰੀ ਮੰਨੋਗੇ ਕਿ ਗੁਰੂ ਦੀ ਮੰਨੋਗੇ? ਗੁਰੂ ਵੱਡਾ ਕਿ ਮੈਂ? ਅਥਾਰਟੀ ਕੌਣ ਹੈ ਸਿੱਖੀ 'ਚ? ਗੁਰੂ। ਕੋਈ ਵਿਅਕਤੀ ਵਿਸ਼ੇਸ਼ ਅਥਾਰਟੀ ਨਹੀਂ, ਸਤਿਗੁਰੂ ਦਾ ਸ਼ਬਦ ਅਥਾਰਟੀ ਹੈ, ਸਤਿਗੁਰੂ ਦਾ ਸ਼ਬਦ ਗੁਰੂ ਹੈ, ਗੁਰੂ ਦਾ ਬਚਨ ਸਰਵੋਤਮ ਹੈ। ਜਿਹੜਾ ਬਚਨ ਗੁਰੂ ਦੇ ਉਪਦੇਸ਼ ਨਾਲ ਮੇਲ ਖਾਂਦਾ, ਜਿਹੜੀ ਸਿੱਖਿਆ, ਜਿਹੜੀ ਪ੍ਰੇਰਨਾ, ਜਿਹੜਾ ਕਥਨ, ਉਸ ਨੂੰ ਮੰਨਿਆ ਜਾ ਸਕਦਾ। ਜਿਹੜਾ ਗੁਰੂ ਦੇ ਬਚਨ ਨਾਲ ਮੇਲ ਨਹੀਂ ਖਾਂਦਾ, ਕਿਸੇ ਵੀ ਵੱਡੀ ਭੀੜ ਵਾਲੇ ਬੰਦੇ ਨੇ ਕਿਹਾ ਹੋਵੇ, ਉਹਦੀ ਕੌਡੀ ਕੀਮਤ ਨਹੀਂ ਗੁਰੂ ਦੇ ਸਾਹਮਣੇ। ਗੁਰੂ ਵੱਡਾ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀਂ ਹੋਰ, ਗੁਰੂ ਤੋਂ ਬਿਨਾਂ ਮੇਰਾ ਕੋਈ ਨਹੀਂ। ਮੈਂ ਸਿੱਖ ਗੁਰੂ ਦਾ, ਕਿਸੇ ਲਿਖਾਰੀ ਦਾ, ਕਿਸੇ ਵਿਦਵਾਨ ਦਾ, ਕਿਸੇ ਧਾਰਮਿਕ ਕਮੇਟੀ ਦਾ ਥੋੜ੍ਹੀ ਹਾਂ, ਨਾ ਕਿਸੇ ਭੀੜ ਦਾ। ਸਾਰੀ ਭੀੜ ਵੀ ਇੱਕ ਪਾਸੇ ਖਲੋ ਜਾਏ, ਉਹ ਆਖੇ ਵੀ ਨਹੀਂ ਇਹ ਗੁਰੂ ਦਾ ਬਚਨ ਗਲਤ ਹੈ, ਗੁਰੂ ਦਾ ਬਚਨ ਸੱਤ ਹੈ, ਉਹ ਭੀੜ ਗਲਤ ਹੈ। ਭੀੜ ਦਾ ਕੀ, ਉਹਨੂੰ ਤਾਂ ਮਹਾਰਾਜ ਨੇ ਅੰਧੀ ਰਈਅਤ ਲਿਖਿਆ। ਇਹ ਅੱਜ ਆਪਾਂ ਕਹਿਣ ਲੱਗ ਪਏ ਉੱਥੇ ਫਲਾਨੀ ਬੜੀ ਭੀੜ ਹੈ, ਭੀੜ ਸਿੱਖੀ ਨਹੀਂ ਹੁੰਦੀ, ਸਿੱਖੀ ਗੁਰੂ ਦੀ ਹੁੰਦੀ ਹੈ। ਭੀੜ ਦਾ ਕੀ, ਉਹ ਤਾਂ ਕਿਤੇ ਵੀ ਹੋ ਜਾਂਦੀ ਹੈ।
ਸਿੱਖ ਦਾ ਕਰਮ ਗੁਰੂ ਦੇ ਬਚਨ ਵੱਲ ਗੌਰ ਕਰਨਾ, ਕਿਸੇ ਭੀੜ ਵੱਲ ਨਹੀਂ, ਕਿਸੇ ਧੜੇ ਵੱਲ ਨਹੀਂ, ਕਿਸੇ ਵਿਅਕਤੀ ਵਿਸ਼ੇਸ਼ ਵੱਲ ਨਹੀਂ। ਇਸ ਵਾਸਤੇ ਸਾਹਿਬ ਸਤਿਗੁਰੂ ਨੇ ਤੀਜਾ ਵਾਕ ਕੀ ਕਿਹਾ, ਉਹ ਹੈ ਭਾਹ ਨਾ ਸਾਕੇ ਜਾਲੇ, ਅੱਗ ਸਾੜ ਨਹੀਂ ਸਕਦੀ। ਕਿਹੜੀ ਅੱਗ? ਦਾਵਾਗਨ ਬਹੁਤ ਤ੍ਰਿਣ ਜਾਲੇ। ਕੋਈ ਹਰਿਆ ਬੂਟ ਜਿਹੜੀ ਜੰਗਲ 'ਚ ਅੱਗ ਲੱਗਦੀ ਉਹਨੂੰ ਦਾਵਾਗ ਨਹੀਂ ਕਹਿੰਦੇ। ਮੀਲਾਂ ਦਾ ਜੰਗਲ ਸਾੜ ਕੇ ਸਵਾਹ ਕਰ ਦਿੰਦੀ ਹੈ। ਹਰੇ ਭਰੇ ਦਰਖਤ, ਫਲਦਾਰ ਦਰਖਤ ਝੁਲਸ ਜਾਂਦੇ ਨੇ। ਪਾਣੀ 'ਚ ਨਿੱਕਾ ਜਿਹਾ ਪੌਦਾ ਖਲੋਤਾ ਹੈ ਅਤੇ ਉਹ ਬਚ ਗਿਆ। ਵੱਡੇ ਵੱਡੇ ਦਰਖਤ ਹਰੇ ਭਰੇ ਸੜ ਗਏ। ਹਜ਼ੂਰ ਨੇ ਕਿਹਾ ਚੰਗੀ ਸੰਗਤ ਹੀ ਤੈਨੂੰ ਬਚਾ ਸਕਦੀ, ਅੱਗ 'ਤੇ ਲੱਗੀ ਹੋਈ ਹੈ ਚਾਰ ਚੁਫੇਰੇ, ਝੁਲਸਣ ਦਾ ਪੂਰਾ ਖਤਰਾ ਹੈ। ਤ੍ਰਿਸ਼ਨਾ ਨੂੰ ਵੀ ਅਗਨੀ ਕਿਹਾ ਮਹਾਰਾਜ ਨੇ, ਤ੍ਰਿਸ਼ਨਾ ਦੀ ਅੱਗ ਨੂੰ ਮਹਾਰਾਜ ਨੇ ਤ੍ਰਿਸ਼ਨਾ ਨੂੰ ਅੱਗ ਕਿਹਾ ਬਾਣੀ 'ਚ। ਇਹਦੇ ਵਿੱਚ ਸਾਰੇ ਸੜ ਰਹੇ ਨੇ, ਸਾਰੀ ਦੁਨੀਆ ਤ੍ਰਿਸ਼ਨਾ 'ਚ ਸੜ ਰਹੀ। ਜੋ ਹੈ ਉਹਦੇ 'ਚ ਬੰਦਾ ਸੰਤੁਸ਼ਟ ਨਹੀਂ, ਜੋ ਉਹਨੂੰ ਦਿਸੀ ਜਾ ਰਿਹਾ ਉਹਦੇ ਲਈ ਤਰਸੀ ਜਾ ਰਿਹਾ, ਉਹਦੇ ਲਈ ਤਰਸੀ ਜਾ ਰਿਹਾ। ਉਹਨੂੰ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਵੀ ਤੂੰ ਦੂਜਿਆਂ ਵੱਲ ਵੇਖ ਕੇ ਹੋਰ ਭੱਜ ਪੈਣਾ, ਹੋਰ ਦੌੜ ਪੈਣਾ। ਤੇਰੀ ਹਾਲਤ ਉਸ ਮਿਰਗ ਵਰਗੀ, ਹਿਰਨ ਵਰਗੀ ਹੈ ਜਿਹੜਾ ਮਾਰੂਥਲ 'ਚ ਪਾਣੀ ਦੇ ਭੁਲੇਖੇ ਭੱਜਦਾ, ਦਮ ਤੁੜਾ ਕੇ ਡਿੱਗ ਪੈਂਦਾ, ਪ੍ਰਾਣ ਪੰਖੇਰੂ ਉੱਡ ਜਾਂਦੇ ਨੇ, ਜੀਵਨ ਮੁਕਤ ਹੋ ਜਾਂਦਾ, ਖਤਮ ਹੋ ਜਾਂਦਾ। ਇਸ ਕਰਕੇ ਉਸ ਅੱਗ ਤੋਂ ਬਚਾਉਣ ਵਾਲੀ ਕਿਹੜੀ ਚੀਜ਼? ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਫਿਰ ਧਿਆਨ ਕਰੀਏ, ਗੁਰੂ ਦਾ ਬਚਨ ਜੀ ਨਾਲ ਵਸਣਾ। ਜੀ ਹੀ ਲੁੱਟਿਆ ਜਾਂਦਾ ਹੈ ਪੰਜਾਂ ਚੋਰਾਂ ਹੱਥੋਂ, ਜੀ ਹੀ ਲੋਭ ਦੀਆਂ ਲਹਿਰਾਂ ਹੇਠ ਡੁੱਬ ਜਾਂਦਾ ਹੈ ਸੰਸਾਰ ਸਮੁੰਦਰ ਵਿੱਚ, ਅਤੇ ਜੀ ਜਿੰਦ ਹੀ ਆਤਮਾ ਮਨ ਵਜੂਦ ਹੀ ਸਾਡੀ ਸੁਰਤ ਹੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਪੈਂਦੀ ਹੈ। ਇਹਨਾਂ ਤਿੰਨਾਂ ਤੋਂ ਮੁਕਤੀ ਕੇਵਲ ਗੁਰੂ ਦੇ ਸ਼ਬਦ ਦੀ ਸਿੱਖਿਆ, ਗੁਰੂ ਦੀ ਤਰਜ਼ੇ ਜ਼ਿੰਦਗੀ, ਗੁਰੂ ਦੀ ਦਸੀ ਜੀਵਨ ਜੁਗਤੀ ਦੇ ਸਕਦੀ। ਇਸ ਲਈ ਮਹਾਰਾਜ ਨੇ ਕਿਹਾ ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਮੇਰਾ, ਗੁਰੂ ਹੀ ਇੱਕੋ ਇੱਕ ਸਹਾਰਾ ਹੈ, ਗੁਰੂ ਹੀ ਮੇਰੀ ਉਮੀਦ ਹੈ। ਇਸ ਲਈ ਗੁਰੂ ਨੂੰ ਸਮਰਪਿਤ ਹੋਣਾ ਪਰਮੇਸ਼ਰ ਨੂੰ ਸਮਰਪਿਤ ਹੋਣਾ ਹੈ। ਰਾਮ ਹਮ ਸਤਿਗੁਰ ਪਾਰ ਬ੍ਰਹਮ ਕਰ ਮਾਨੇ। ਸਾਨੂੰ ਕਈ ਵਾਰ ਹੁੰਦਾ ਭੱਟਾਂ ਨੇ ਗੁਰੂ ਪਾਤਸ਼ਾਹ ਬਾਰੇ ਇਹ ਸ਼ਬਦ ਇਸ ਤਰ੍ਹਾਂ ਦੇ ਕਹੇ ਨੇ, ਇਹਦਾ ਕੀ ਅਰਥ ਹੋਦਾ? ਅੱਜ ਦੇ ਸਮੇਂ 'ਚ ਆਪਾਂ ਇਹਨਾਂ ਜ਼ਿਰਾ ਕਰਦੇ ਹਾਂ, ਨਹੀਂ। ਜਿਹੜਾ ਡਾਕਟਰ ਤੁਹਾਨੂੰ ਬਚਾਉਂਦਾ ਹੈ ਨਾ, ਕਈ ਵਾਰ ਤੁਸੀਂ ਕਹਿੰਦੇ ਤੂੰ ਤਾਂ ਮੇਰੇ ਲਈ ਰੱਬ ਹੋ ਕੇ ਬੌੜਿਓ, ਹੁੰਦਾ ਕਿ ਨਹੀਂ ਹੁੰਦਾ? ਉਮੀਦ ਨਾ ਹੋਵੇ ਤਾਂ, ਹਾਲਾਂਕਿ ਡਾਕਟਰ ਨੇ ਹੁਨਰ ਵਰਤਿਆ, ਜੀਵਨ ਦਾਨ ਤਾਂ ਵਾਹਿਗੁਰੂ ਦੇਣ ਵਾਲਾ ਹੈ, ਜੀਵਨ ਉਹਦੇ ਹੱਥ 'ਚ ਨਹੀਂ। ਜੇ ਉਹਦੇ ਹੱਥ 'ਚ ਹੁੰਦਾ ਤਾਂ ਇੰਨੇ ਬੰਦੇ ਮਰ ਕਿਉਂ ਜਾਂਦੇ ਉਹਦੇ ਹੱਥ 'ਚ? ਪਰ ਉਹਦਾ ਹੁਨਰ ਜਦੋਂ ਕੰਮ ਆ ਜਾਂਦਾ ਤਾਂ ਆਪਾਂ ਕਹਿੰਦੇ ਤੂੰ ਤਾਂ ਰੱਬ ਹੋ ਕੇ ਬੌੜਿਆ। ਜਿਸ ਗੁਰੂ ਨੇ ਹਨੇਰ ਗਰਦੀ 'ਚੋਂ ਸਿੱਖ ਨੂੰ ਕੱਢ ਲਿਆ ਹੋਵੇ, ਜਿਸ ਗੁਰੂ ਨੇ ਮੋਹ ਕੈ ਕੂਪ ਗੁਬਾਰ ਪਰਿਓ ਹੈ ਮਨੁੱਖ ਨੂੰ ਬਾਹ ਫੜ ਕੇ ਬਾਹਰ ਲੈ ਆਉਂਦਾ ਹੋਵੇ, ਜੀਵਨ ਦਾ ਉਹ ਰਸਤਾ ਵਿਖਾ ਦਿੱਤਾ ਹੋਵੇ ਜਿੱਥੇ ਗੁਰਮੁਖਤਾਈ ਦੇ ਦੀਦਾਰ ਹੁੰਦੇ ਹੋਣ, ਅਤੇ ਸਿੱਖ ਆਪਣੇ ਗੁਰੂ ਨੂੰ ਕਿਉਂ ਨਾ ਆਖੇ ਮਹਾਰਾਜ ਤੁਸੀਂ ਤਾਂ ਰੱਬ ਹੋ ਬੌੜੇ ਹੋ। ਇੱਕ ਬਾਬਾ ਅਕਾਲ ਰੂਪ, ਇਹ ਤਸ਼ਬੀਹ ਮੇਰੀ ਨਹੀਂ ਤੁਹਾਡੀ ਨਹੀਂ, ਭਾਈ ਗੁਰਦਾਸ ਜੀ ਦੀ। ਸਾਹਿਬ ਸਤਿਗੁਰੂ ਕਿਰਪਾ ਕਰਨ, ਮਹਾਰਾਜ ਦੇ ਅਮੋਲਕ ਵਾਕ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸਣ, ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਾਹਿਬ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।